ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿਹੜੀ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ, ਇਸ ਦਾ ਸਿਰਲੇਖ ਹੈ ਅਕਾਲੀ ਫੂਲਾ ਸਿੰਘ ਅਤੇ ਇਸ ਦੇ ਲੇਖਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ। ਚੌਥੀ ਐਡੀਸ਼ਨ ਦੀ ਬੇਨਤੀ। ਬਾਬਾ ਫੂਲਾ ਸਿੰਘ ਜੀ ਅਕਾਲੀ ਦਾ ਜੀਵਨ ਬਿਰਤਾਂਤ ਪਹਿਲੀ ਵਾਰ 1914 ਵਿੱਚ ਛਪਿਆ ਸੀ, ਦੂਜੀ ਵਾਰ 1923 ਵਿੱਚ ਅਤੇ ਤੀਜੀ ਵਾਰ 1924 ਵਿੱਚ ਛਪ ਕੇ ਖਤਮ ਹੋ ਚੁੱਕਾ ਹੈ। ਮੈਨੂੰ ਇਸ ਦੇ ਚੌਥੀ ਵਾਰ ਪ੍ਰਕਾਸ਼ਿਤ ਕਰਨ ਵਿੱਚ ਖੁਸ਼ੀ ਹੈ ਕਿ ਇਹ ਨਿਮਾਣਾ ਜਿਹਾ ਯਤਨ ਪੰਥ ਵਿਖੇ ਸਫਲ ਹੋਇਆ ਹੈ ਅਤੇ ਪਵਿੱਤਰ ਅਕਾਲੀ ਨਾਮ ਦਾ ਸਤਿਕਾਰ ਮੁੜ ਦੁਬਾਰਾ ਕਾਇਮ ਹੋ ਗਿਆ ਹੈ। ਉਹ ਦੁਖਦਾਈ ਨਜ਼ਾਰਾ ਜਿਸਨੇ ਮੈਨੂੰ ਇਸ ਪੁਸਤਕ ਦੇ ਲਿਖਣ ਲਈ ਪ੍ਰੇਰਿਆ ਮੈਨੂੰ ਕਦੀ ਨਹੀਂ ਭੁੱਲੇਗਾ। ਸੰਨ 1910 ਦੀ ਬਸੰਤੀ ਰੁੱਤ ਸੀ, ਜਦਕਿ ਮੈਂ ਇੱਕ ਵੱਡੇ ਸ਼ਹਿਰ ਦੇ ਬਾਜ਼ਾਰ ਵਿੱਚੋਂ ਗੁਜ਼ਰ ਰਿਹਾ ਸਾਂ ਕਿ ਇੱਕ ਥਾਂ 'ਤੇ ਮੈਨੂੰ ਪਿੜ ਵੱਜਿਆ ਦਿਸਿਆ, ਜਿਸ ਦੇ ਦੁਆਲੇ ਇੱਕ ਵੱਡੀ ਭੀੜ ਲੱਗੀ ਹੋਈ ਸੀ। ਜਦ ਮੇਰੀਆਂ ਅੱਖਾਂ ਉੱਧਰ ਗਈਆਂ ਤਾਂ ਮੈਂ ਕੀ ਡੱਠਾ ਜੋ ਪਿੜ ਵਿੱਚ ਇੱਕ ਆਦਮੀ ਸੁਰਮਈ ਬਾਣਾ ਪਹਿਨੇ ਰੁਮਾਲ ਪਰ ਚੱਕਰ ਅਤੇ ਤੋੜੇ ਸਜਾਈ ਖੜਾ ਸੀ। ਇਸ ਦੇ ਗਾਤਰੇ ਨਾਲ ਲੱਕੜ ਦੀ ਬਣੀ ਹੋਈ ਨਕਲੀ ਸ੍ਰੀ ਸਾਹਿਬ ਲਟਕ ਰਹੀ ਸੀ। ਪਿੱਠ ਪਰ ਭੰਗ ਦੀ ਗੱਠੜੀ ਬੱਧੀ ਹੋਈ ਸੀ। ਇਸ ਦੇ ਸਾਹਮਣੇ ਵੱਡਾ ਸੁਨਹਿਰਾ ਪਿਆ ਹੋਇਆ ਸੀ ਅਤੇ ਹੱਥ ਵਿੱਚ ਭੰਗ ਘੋਟਣ ਦਾ ਸੋਟਾ ਸੀ। ਇਸ ਰੂਪ ਨੂੰ ਦੇਖ ਕੇ ਮੇਰੇ ਕਦਮ ਇੱਥੇ ਰੁਕ ਗਏ। ਹੁਣ ਇਹ ਲੱਗਾ ਭੰਗ ਘੋਟਣ। ਛੇਕੜ ਭੰਗ ਨੂੰ ਪੁਣ ਕੇ ਨੁਗਦੇ ਨੂੰ ਬੜੇ ਜੋਸ਼ ਨਾਲ ਸਾਹਮਣੇ ਦੀ ਕੰਧ 'ਤੇ ਮਾਰਿਆ ਅਤੇ ਵਧੇਰੇ ਅਮਲ ਆਉਣ ਲਈ ਅਰਦਾਸਾ ਸੋਧਿਆ, ਜਿਸ ਵਿੱਚ ਇਹ ਮੰਗ ਮੰਗੀ ਗਈ ਸੀ। ਐਸਾ ਅਮਲ ਆਵੇ ਕੁੱਤਾ ਭੌਂਦਾ ਨਜ਼ਰ ਨਾ ਆਵੇ। ਹੁਣ ਇਹ ਲੱਗਾ ਭੰਗ ਦਾ ਬਾਟਾ ਪੀਣ ਅਤੇ ਹੋਰਨਾਂ ਨੂੰ ਇਹ ਕਹਿ ਕਹਿ ਕੇ ਪਿਲਾਉਣ। ਭੰਗ ਪੀ ਨਿਸ਼ੰਗ ਜਿਨ ਤੀਨ ਲੋਕ ਤਾਰੇ ਹੈ, ਸੋਈ ਨਰਕ ਜਾਣਗੇ ਜੋ ਭੰਗ ਸੇ ਨਿਆਰੇ ਹੈ। ਛੇਕੜ ਇਸ ਬਨੌਟੀ ਅਕਾਲੀ ਨੇ ਆਪਣੇ ਆਪ ਨੂੰ ਇੰਨਾ ਬਦਮਸਤ ਦੱਸਿਆ ਕਿ ਹੁਣ ਚਾਰੇ ਬੰਨਿਆਂ ਤੋਂ ਤਮਾਸ਼ਾਈਆਂ ਵੱਲੋਂ ਇਹ ਕਹਿੰਦੇ ਹੋਏ ਲੱਗੇ ਇਸ ਨੂੰ ਧੱਕੇ ਪੈਣ, ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਫਿਰ ਇਸ ਭੰਗੜ ਦੇ ਚੱਕਰ ਤੇ ਤੋੜੇ ਸ੍ਰੀ ਸਾਹਿਬ ਸੁਨਹਿਰਾ ਤੇ ਭੰਗ ਦੀ ਪੋਟਲੀ ਆਦਿ ਲੁੱਟ ਲਿੱਤੀਆਂ ਗਈਆਂ। ਇਸ ਦਾ ਦੁਮਾਲਾ ਜ਼ਮੀਨ ਤੇ ਸੁੱਟ ਦਿੱਤਾ ਗਿਆ ਤੇ ਇਸ ਨੂੰ ਭੰਗ ਲੋਰ ਵਿੱਚ ਇੰਨੇ ਧੱਕੇ ਪਏ ਕਿ ਇਹ ਮੁਸ਼ਕਲ ਨਾਲ ਸਭ ਕੁਝ ਲੁਟਵਾ ਆਪਣੀ ਸਿੰਘਣੀ ਨੂੰ ਬਾਹਾਂ ਤੋਂ ਫੜ ਕੇ ਅੱਗੇ ਅੱਗੇ ਤੁਰ ਪਿਆ ਤੇ ਇਸ ਦੇ ਪਿੱਛੇ ਤਾੜੀ ਵੱਜਣ ਲੱਗੀ। ਮੈਂ ਉਸੇ ਵਕਤ ਇਸ ਅਯੋਗ ਨਜ਼ਾਰੇ ਬਾਬਤ ਵਿਰੋਧਤਾ ਦੀ ਆਵਾਜ਼ ਉਠਾਈ, ਪਰ ਸ਼ੋਕ ਨਾਲ ਕਹਿਣਾ ਪੈਂਦਾ ਹੈ ਕਿ ਆਪਣੇ ਕਈ ਭੁੱਲੇ ਹੋਏ ਸਿੰਘ ਵੀਰਾਂ ਵੱਲੋਂ ਹੀ ਇਹ ਕਹਿ ਕੇ ਮਾਮਲੇ ਨੂੰ ਟਾਲ ਦਿੱਤਾ ਗਿਆ ਕਿ ਇਹ ਹੋਲੀ ਦਾ ਸਾਂਗ ਸੀ। ਮੰਨਿਆ ਕਿ ਇਹ ਹੋਲੀ ਦਾ ਸਾਂਗ ਸੀ, ਪਰ ਇਸ ਤੋਂ ਜੋ ਪਵਿੱਤਰ ਅਕਾਲੀ ਬਾਣੇ ਦੀ ਹੱਤਕ ਅਤੇ ਪਾਵਨ ਅਕਾਲੀ ਨਾਮ ਦੀ ਮਸਖਰੀ ਉਡਾਈ ਗਈ ਸੀ ਅਤੇ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਦੀ ਬੇਅਦਬੀ ਕੀਤੀ ਗਈ ਸੀ, ਉਹ ਇੱਕ ਖਾਲਸਾ ਪੰਥ ਦੇ ਦਰਦੀ ਦਿਲ ਨੂੰ ਪੀੜਿਤ ਕਰ ਰਹੀ ਸੀ। ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਅਕਾਲੀ ਆਪਣੇ ਪਵਿੱਤਰ ਬਾਣੇ ਅਤੇ ਅਮਰ ਨਾਮ ਦੀ ਅਸਲੀਅਤ ਨੂੰ ਭੁੱਲ ਕੇ ਸੰਸਾਰ ਤੇ ਘਿਰਣਾਯੋਗ ਅਤੇ ਹਾਸੋਹੀਣੇ ਹੋ ਗਏ ਸਨ। ਸੋ ਮੈਂ ਉਸ ਦਿਨ ਤੋਂ ਇਸ ਧੁਨ ਵਿੱਚ ਲੱਗ ਪਿਆ ਕਿ ਜੋ ਕੁਝ ਅਕਾਲੀ ਦੀ ਪਵਿੱਤਰ ਪਦਵੀ ਸ਼੍ਰੀ ਕਲਗੀਧਰ ਜੀ ਨੇ ਇਸ ਸੰਸਾਰ ਤੇ ਪ੍ਰਚਲਿਤ ਕੀਤੀ ਸੀ, ਉਸ ਦਾ ਅਸਲ ਸਰੂਪ ਪੰਥ ਦੇ ਪੇਸ਼ ਕੀਤਾ ਜਾਵੇ। ਬਾਬਾ ਫੂਲਾ ਸਿੰਘ ਜੀ ਅਕਾਲੀ ਦੇ ਜੀਵਨ ਬਿਰਤਾਂਤ ਦੇ ਅਖੀਰ ਪਰ ਸੰਨ 1914 ਵਿੱਚ ਮੈਂ ਆਪਣੇ ਅਕਾਲੀ ਵੀਰਾਂ ਤੋਂ ਇਹਨਾਂ ਸ਼ਬਦਾਂ ਵਿੱਚ ਮੰਗ ਮੰਗੀ ਸੀ। ਜੇ ਮੇਰੀ ਇਸ ਬੇਨਤੀ ਨੂੰ ਪੜ ਸੁਣ ਕੇ ਪੰਥ ਮੁੜ ਅਕਾਲੀ ਨਾਮ ਦੀ ਪਵਿੱਤਰਤਾ ਨੂੰ ਸੁਰਜੀਤ ਕਰ ਦੇਵੇ ਤਾਂ ਮੈਂ ਆਪਣੀ ਇਸ ਤੁੱਛ ਸੇਵਾ ਨੂੰ ਸਫਲ ਸਮਝ ਕੇ ਕ੍ਰਿਤਯ ਕ੍ਰਿਤਯ ਹੋ ਜਾਵਾਂਗਾ। ਸੋ ਇਸ ਦਾ ਅੰਦਾਜ਼ਾ ਆਪ ਹੀ ਪਾਠਕ ਲਾ ਲੈਣ ਕਿ ਇਸ ਨਿਮਾਣੇ ਯਤਨ ਨੂੰ ਕਿੰਨੀ ਸਫਲਤਾ ਸ਼੍ਰੀ ਕਲਗੀਧਰ ਜੀ ਨੇ ਬਖਸ਼ੀ। ਜੂਨ 1926, ਬਾਬਾ ਪ੍ਰੇਮ ਸਿੰਘ ਹੋਤੀ। ਭੂਮਿਕਾ। ਹਰ ਇੱਕ ਦੇਸ਼ ਅਤੇ ਜਾਤੀ ਲਈ ਉਸਦੇ ਵੱਡਿਆਂ ਦੇ ਜੀਵਨ ਬਿਰਤਾਂਤ ਤੇ ਕਾਰਨਾਮੇ ਇੱਕ ਅਮੋਲਕ ਖਜ਼ਾਨਾ ਹੋਇਆ ਕਰਦੇ ਹਨ, ਜੋ ਦੇਸ਼ ਅਤੇ ਕੌਮ ਇਸ ਬਹੁਮੁੱਲੀ ਦਾਂਤ ਤੋਂ ਵਾਂਝੀ ਪਈ ਹੈ। ਉਸ ਦੀ ਹਾਲਤ ਠੀਕ ਇੱਕ ਐਸੇ ਜਹਾਜ਼ ਵਾਂਗੂ ਹੈ ਜੋ ਕਾਲੀ ਬੋਲੀ ਰਾਤ ਵਿੱਚ ਕਿਸੇ ਐਸੇ ਅਸਗਾਹ ਸਮੁੰਦਰ ਵਿੱਚ
ਜੋ ਅੱਤ ਡਰਾਉਣੀਆਂ ਚਟਾਨਾਂ ਨਾਲ ਭਰਿਆ ਪਿਆ ਹੋਵੇ, ਬਿਨਾਂ ਕਿਸੇ ਲਾਈਟ ਹਾਊਸ ਦੇ ਆਪਣਾ ਰਸਤਾ ਢੂੰਡ ਕੇ ਲੱਭਣਾ ਚਾਹੇ। ਆਪਣੇ ਬਜ਼ੁਰਗਾਂ ਦੇ ਕਾਰਨਾਮੇ ਆਉਣ ਵਾਲੀ ਸੰਤਾਨ ਲਈ ਆਦਰਸ਼ਕ ਨਮੂਨਾ ਹੁੰਦਾ ਹੈ। ਜਿਸ ਤਰ੍ਹਾਂ ਜੱਗ ਦਾ ਦੀਵਾ ਆਪਣੀ ਤਰ੍ਹਾਂ ਹਜ਼ਾਰਾਂ ਨੂੰ ਰੋਸ਼ਨ ਕਰ ਸਕਦਾ ਹੈ, ਇਸੇ ਤਰ੍ਹਾਂ ਵੱਡਿਆਂ ਦੇ ਕਾਰਨਾਮੇ ਸਾਰੀ ਕੌਮ ਨੂੰ ਜੀਵਨ ਸ਼ਕਤੀ ਦੇ ਸੰਚਿਆਂ ਵਿੱਚ ਢਾਲ ਦਿੰਦੇ ਹਨ। ਇਸੇ ਕਰਕੇ ਇਤਿਹਾਸਕਾਰਾਂ ਦੀ ਜ਼ਿੰਦਗੀ ਕੌਮਾਂ ਲਈ ਅਤ ਲਾਭਦਾਇਕ ਮੰਨੀ ਜਾਂਦੀ ਹੈ। ਪਰ ਸੰਸਾਰ ਵਿੱਚ ਕਿਸੇ ਇਤਿਹਾਸਕਾਰ ਲਈ ਇਸ ਤੋਂ ਵੱਧ ਪਾਪ ਵੀ ਹੋਰ ਕੋਈ ਨਹੀਂ ਹੋ ਸਕਦਾ ਕਿ ਕਿਸੇ ਕੌਮ ਦੇ ਇਤਿਹਾਸ ਨੂੰ ਲਿਖਦਿਆਂ ਹੋਇਆਂ ਆਪਣੇ ਪੱਖਪਾਤ ਜਾਂ ਈਰਖਾ ਦੇ ਕਾਰਨ ਕੌਮ ਦੇ ਉੱਚ ਆਚਰਣ ਅਤੇ ਸ੍ਰੇਸ਼ਟ ਗੁਣਾਂ ਨੂੰ ਕਿਸੇ ਐਸੇ ਪੱਧਰਾਈ ਪਰ ਖਿੱਚ ਲਿਆਵੇ ਜਿਸ ਕਰਕੇ ਉਹ ਕੌਮ ਸਾਰੇ ਸੰਸਾਰ ਦੀਆਂ ਅੱਖਾਂ ਵਿੱਚ ਸਦਾ ਲਈ ਗਿਰ ਜਾਏ। ਉਹ ਕੌਮ ਵੱਡੀ ਸੁਭਾਗੀ ਹੈ ਜਿਸ ਦਾ ਜੀਵਨ ਇਤਿਹਾਸ ਨਿਰਪੱਖ ਅਤੇ ਨਿਆਂਸ਼ੀਲ ਇਤਿਹਾਸਕਾਰਾਂ ਦੀ ਕਲਮ ਨੇ ਪੂਰਾ ਕੀਤਾ ਹੋਵੇ ਅਤੇ ਸੱਚੀਆਂ ਅਰ ਅਸਲੀ ਘਟਨਾਵਾਂ ਨੂੰ ਕਾਗਜ਼ ਪਰ ਚਿਤਰਿਆ ਹੋਵੇ। ਸਾਡੇ ਮੰਦਭਾਗਾਂ ਨਾਲ ਸਾਡੇ ਕੌਮੀ ਇਤਿਹਾਸ ਦੇ ਲੇਖਕਾਂ ਵਿੱਚੋਂ ਬਹੁਤ ਘੱਟ ਐਸੇ ਹੋਏ ਹਨ ਜੋ ਇਸ ਪਾਪ ਤੋਂ ਬਚ ਸਕੇ ਹੋਣ। ਕਾਰਨ ਇਸ ਦਾ ਇਹ ਹੈ ਕਿ ਸਾਡੀ ਕੌਮ ਦੇ ਸਿਰ 'ਤੇ ਮੁੱਢ ਤੋਂ ਹੀ ਸ੍ਰਿਸ਼ਟੀ ਸੇਵਾ ਦਾ ਇਤਨਾ ਭਾਰੀ ਕੰਮ ਪੈ ਗਿਆ ਜਿਸ ਕਰਕੇ ਸਮੇਂ ਦੀ ਲੋੜ ਅਨੁਸਾਰ ਦੀਨਾਂ ਅਤੇ ਦੁਖੀਆਂ ਦੀ ਰਾਖੀ ਹਿੱਤ ਸਾਰੀ ਕੌਮ ਨੂੰ ਹਥਿਆਰ ਫੜ ਕੇ ਅੱਤਿਆਚਾਰਾਂ ਦਾ ਕਰੜਾ ਟਾਕਰਾ ਕਰਨਾ ਪਿਆ ਅਤੇ ਲਗਭਗ ਸਾਰੀ ਕੌਮ ਹੀ ਯੋਧਾ ਹੋ ਗਈ ਅਤੇ ਹੋਰ ਕਿਸੇ ਹੁਨਰ ਵੱਲ ਰੁਚੀ ਬਹੁਤ ਘੱਟ ਰਹੀ। ਜਿਸ ਦਾ ਸੱਟਾ ਇਹ ਨਿਕਲਿਆ ਕਿ ਖਾਲਸਾ ਧਰਮ ਦੇ ਦਵੈਖੀਆਂ ਨੇ ਵੇਲਾ ਪਛਾਣ ਕੇ ਸਾਡੇ ਪਵਿੱਤਰ ਧਰਮ ਅਤੇ ਕੌਮੀ ਇਤਿਹਾਸ ਵਿੱਚ ਅਨੇਕ ਪ੍ਰਕਾਰ ਦੀਆਂ ਨਿਰਮੂਲ ਅਤੇ ਅਨਹੋਣੀਆਂ ਗੱਲਾਂ ਮਿਲਾ ਕੇ ਆਪਣੇ ਮਨਾਂ ਦਾ ਸਾੜ ਕੱਢਿਆ। ਸਾਡੇ ਕੌਮੀ ਇਤਿਹਾਸ ਦੇ ਮੁੱਢਲੇ ਲੇਖਕ ਲਗਭਗ ਸਾਰੇ ਦੇ ਸਾਰੇ ਅਸਿੱਖ ਅਤੇ ਵਿਦੇਸ਼ੀ ਸਨ। ਪਹਿਲੇ ਲੋਕਾਂ ਨੇ ਤਾਂ ਮਜ਼ਹਬੀ ਪੱਖਪਾਤ ਅਤੇ ਕਈਆਂ ਨੂੰ ਖੁਸ਼ ਕਰਕੇ ਇਨਾਮ ਲੈਣ ਦੀ ਖਾਤਰ ਸਾਡੇ ਇਤਿਹਾਸ ਨੂੰ ਵਿਗਾੜ ਕੇ ਨੀਵੇਂ ਕਰਨ ਦਾ ਯਤਨ ਕੀਤਾ ਅਤੇ ਪਿਛਲਿਆਂ ਨੇ ਅਣਜਾਣ ਪੁਣੇ ਵਿੱਚ ਉਹਨਾਂ ਦੇ ਮੂੰਹੋਂ ਸੁਣਾਈ ਦੰਦ ਕਥਾ ਜਾਂ ਉਹਨਾਂ ਦੇ ਅਸ਼ੁੱਧ ਲੇਖਾਂ ਦੇ ਆਧਾਰ ਪਰ ਸਾਡਾ ਟੁੱਟਾ ਫੁੱਟਾ ਇਤਿਹਾਸ ਲਿਖਿਆ। ਪਹਿਲਿਆਂ ਵਿੱਚੋਂ ਇੱਕ ਅੱਧ ਦੀ ਲਿਆਕਤ, ਗਿਆਤਾ ਅਤੇ ਮਾੜੀ ਨੀਅਤ ਦਾ ਸਾਰ ਅਸੀਂ ਇੱਥੇ ਦਿੰਦੇ ਹਾਂ। ਪਹਿਲਾ, ਖੁਸ਼ਵਕਤ ਰਾਏ, ਜੋ ਆਪਣੇ ਆਪ ਨੂੰ ਸਿੱਖਾਂ ਦਾ ਸਭ ਤੋਂ ਪਹਿਲਾ ਇਤਿਹਾਸਕਾਰ ਗਿਣਦਾ ਹੈ, ਆਪਣੀ ਕਿਤਾਬ ਦੇ ਸਫ਼ਾ 2 'ਤੇ, ਜਿਸ ਦੀ ਨਕਲ ਮਿਸਟਰ ਪ੍ਰਿੰਸਪ ਨੇ ਆਪਣੀ ਕਿਤਾਬ ਵਿੱਚ ਕੀਤੀ ਹੈ, ਸਿੱਖਾਂ ਦੇ ਸਭ ਤੋਂ ਵੱਡੇ ਅਤੇ ਉੱਘੇ ਅਸੂਲ ਪਵਿੱਤਰ ਅੰਮ੍ਰਿਤ ਬਾਬਤ ਲਿਖਦਾ ਹੈ। ਜਦ ਸਿੱਖ ਅੰਮ੍ਰਿਤ ਤਿਆਰ ਕਰਦੇ ਹਨ ਤਾਂ ਅੰਮ੍ਰਿਤ ਛਕਾਉਣ ਵਾਲੇ ਦੋਹਾਂ ਦੇ ਪੈਰ ਧੋ ਕੇ ਉਸੇ ਪਾਣੀ ਵਿੱਚ ਖੰਡ ਪਾ ਦਿੰਦੇ ਹਨ ਅਤੇ ਉਸਨੂੰ ਕਰਦ ਨਾਲ ਹਿਲਾਉਂਦੇ ਹੋਏ ਨਾਲੋ ਨਾਲ 5 ਸਵੱਈਏ ਪੜ੍ਹੇ ਜਾਂਦੇ ਹਨ ਅਤੇ ਹਰ ਇੱਕ ਸਵੱਈਏ ਦੇ ਖਤਮ ਹੋਣੇ ਪਰ ਉਸ ਪਾਣੀ ਵਿੱਚ ਛੂ ਛੂ ਕਰਕੇ ਫੂਕਾਂ ਮਾਰਦੇ ਹਨ ਅਤੇ ਫਿਰ ਇਸ ਗੰਦੇ ਪਾਣੀ ਦੇ ਉਸ ਸ਼ਰਬਤ ਨੂੰ ਪੀਂਦੇ ਹੋਏ ਕਹਿੰਦੇ ਹਨ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰਚੇਲਾ। ਇਹ ਹੈ ਇਤਿਹਾਸਕਾਰ ਦੀ ਲਿਖਤ ਦਾ ਨਮੂਨਾ। ਅੰਮ੍ਰਿਤ ਛਕਣ ਦਾ ਇੱਕ ਐਸਾ ਮੋਟਾ ਅਤੇ ਪ੍ਰਸਿੱਧ ਤਰੀਕਾ ਹੈ ਜਿਸ ਨੂੰ ਸਿੱਖਾਂ ਨਾਲ ਵਾਹ ਪੈਣ ਵਾਲੀ ਕੌਮ ਦਾ ਹਰੇਕ ਬੱਚਾ ਜਾਣਦਾ ਹੈ। ਛਕਣ ਵਾਲੇ ਅਤੇ ਛਕਾਉਣ ਵਾਲੇ ਦੇ ਪੈਰ ਧੋ ਕੇ ਉਸ ਪਾਣੀ ਵਿੱਚ ਖੰਡ ਪਾਣੀ ਕੈਸਾ ਕੋਰਾ ਝੂਠ ਬੋਲਿਆ ਗਿਆ ਹੈ। ਇਸ ਤੋਂ ਅੱਗੇ 5 ਸਵੱਈਏ ਦਾ ਪਾਠ ਅਤੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਦਾ ਉਚਾਰਿਆ ਜਾਣਾ ਲੇਖਕ ਨੇ ਕੈਸੀ ਗੱਪ ਠੱਪੀ ਹੈ। ਇਸ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਉਹ ਅੰਮ੍ਰਿਤ ਜੈਸੇ ਆਮ ਅਤੇ ਪ੍ਰਸਿੱਧ ਰਸਤੇ ਦੇ ਤਰੀਕੇ ਤੋਂ ਅਣਜਾਣ ਸੀ, ਜਦੋਂ ਕਿ ਈਰਾਨ ਅਤੇ ਅਫਗਾਨਿਸਤਾਨ ਦੇ ਵਿਦੇਸ਼ੀ ਯਾਤਰੂ ਵੀ ਇਸ ਤੋਂ ਜਾਣੂ ਸਨ। ਖੁਸ਼ਵਕਤ ਰਾਏ ਸਿੱਖਾਂ ਦੇ ਵਿੱਚ ਰਹਿਣ ਵਾਲਾ ਅਤੇ ਸਿੱਖ ਹਿਸਟੋਰੀਅਨ ਹੋਣ ਦਾ ਦਾਅਵੇਦਾਰ ਕਿਸ ਤਰ੍ਹਾਂ ਨਾ ਵਾਕਫ ਹੋ ਸਕਦਾ ਸੀ? ਇਸ ਤੋਂ ਸਾਫ਼ ਸਿੱਧ ਹੈ ਕਿ ਉਸਨੇ ਜਾਣ ਬੁੱਝ ਕੇ ਸਿੱਖਾਂ ਦੇ ਅਸਲੀ ਹਾਲ ਨੂੰ ਘਿਰਣਾ ਭਰੀ ਗੰਢ ਧੁੱਪ ਵਿੱਚ ਬਦਲ ਕੇ ਪ੍ਰਗਟ ਕਰਨ ਦੀ ਨੀਅਤ ਨਾਲ ਸਭ ਕੁਛ ਲਿਖਿਆ ਹੈ। ਇਸ ਗਿਆਤ ਅਤੇ ਇਸ ਅਯੋਗ ਭਾਵ ਨਾਲ ਇਹ ਪੁਰਸ਼ ਸਾਡਾ ਕੌਮੀ ਇਤਿਹਾਸ ਲਿਖਣ ਬੈਠਾ ਹੈ। ਇਸੇ ਤਰ੍ਹਾਂ ਪੱਖਪਾਤ ਦੀ ਪੱਟੀ ਅੱਖਾਂ 'ਤੇ ਬੰਨ੍ਹ ਕੇ ਇਹੋ ਲੇਖਕ ਸਫ਼ਾ 48 'ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹਾਲ ਲਿਖਦਾ ਹੋਇਆ ਆਪਣੇ ਨਾਮ ਨੂੰ ਇਸ ਤਰ੍ਹਾਂ ਬਦੂ ਕਰਦਾ ਹੈ।
दूजा जब सिख फौजां मुल्तान तो मुड़के आ रहियां सन तो एक जिमीदार घोड़े पर सवार रणजीत सिंह की सलामी ले आया। महाराजा ते उसके दरबारी जिमीदार के घोड़े नू देख के ललचा गए ते बड़ी शौखी नाल उस तों घोड़ा मंगिया, पर जिमीदार ने हुक्म ना मन्निया ते भज के महाराजा रणजीत सिंह दे हाथी ते घोड़ा जा चढ़ाया ते उस नू कई जख्म तलवार दे लाए। महाराजे दी गार्द ते उसके दरबारी उसके चौगिरदे जमा हो गए, पर कोई भी उसका मुकाबला करन दा हौसला ना कर सकिया। छेकड़ ओह जिमीदार बहुत सारिया नू कतल करके मारिया गया। इन्हां गल्लां नू पढ़ के एक अणजाण तो अणजाण भी समझ सकता है कि लेखक किस इरादे नू अखां अगे रख के साडा इतिहास लिख रहा है। हुण आओ असी जरा इस ते विचार करिए। फर्ज करो कि कदी कोई इस तरह का जिमीदार महाराजा साहिब की सलामी नू आया तो सारे पंजाब का पातशाह उस तो उसका मामूली टट्टू जिहा कि आम जिमीदारा दे घोड़े हुंदे हन क्यों मंगदा, जबकि उसके तबेलिया विच हजारा अदुत्ती घोड़े मौजूद सन। ते जे महाराजा कदी इच्छा भी प्रगट करदा तां कि ओह जिमीदार फखर समझ के घोड़ा उसी वक्त पेश ना करदा। एक मामूली जिमीदार की की जुर्रत हो सकती सी कि शेरे पंजाब के सामने हुक्म अदुली करदा, जबकि बड़े हुक्मरान उसके तेज के सामने थर थर कंबदे हुंदे सन। फिर ओह एक अकला 10,000 फौज दे हुंदिया किस तरह महाराजा साहिब दे हाथी ते जा चढ़िया ते महाराजा साहिब ते तलवार दियां सट्टां करदा रहा, कि अगे महाराजा दे हाथ बद्धे हुए सन कि चुप करके सट्टां खाई गई। ओह अदुत्ती योधा इन्ना अपाहज हो सकता है जो आप तलवार धू के मैदान विच उतर पैंदा सी ते वड्डे हंकारियां दी हैंकड़ नू मिट्टी विच मिला दिंदा हुंदा सी, कि सारिया फौजी गारदा ते दरबारी उस जिमीदार दा मूँह देखते दे रहे। फिर उस सारी फौज ते बहादुर सरदारा विचों कोई भी उसके टाकरे लई ना निकल सकिया। असल विच ना कोई जिमीदार आया ते ना ही महाराजा साहिब कदे मुल्तान जांदियां जा आउंदियां फटड़ होए। यह सारे का सारा किस्सा मन घड़त लिख के लेखक ने अपना अग्गा भारू किया है। इसे तरह बूटा शाह, मुहम्मद लतीफ ते मिशर शरदा राम ने आपो अपनी थां ते हनेरा ढोया है। उपरों पंजाब विच कई कु नवे आए विदेशी इतिहासकारा ने इन्हां लेखकां दीआं नकलां करके शक्कर विच वधेरी रेत मिला दित्ती। एक साहिब जो उक्का इतिहासकारा दे उच्च गुणा तो कोरा है, सिख हिस्टरी विच एक थां अकालियां निहंग सिंघां दा जिक्र करदा होया लिखदा है कि अकाली एक वैशी जंगली चलण दा हुंदा है जिस दे चेहरे तो मकारी ते बतरनी समिलत चो चो पैंदियां हन। एह दो जज्बे उस अकाली दी जिंदगी दे मुख मंतव हुंदे हन आदि। अते जिथे किते इना महावीरां दी अदुत्ती वीरता दा जिक्र आउंदा है उसनू भंग दे लोर विच कीती दसदा है। इसे तरह होर कई अयोग गल्लां लिख के अपनी बेड़ी विच पत्थर पाए हन, पर इतिहास के जाणुआ के दिलों में ऐसे असत व्यर्थ लेखा का असर कुछ भी नहीं रहिंदा। जब असी इसे लेखक दे समकाली मेजर समाइथ की किताब विच उपरले लेख का पूरा पूरा खंडन पढ़ते हाँ जिसका सार यह है, सच्चे अकाली हद दर्जे के दलेर ते सुतंत्र हुंदे सन, सब किसी नू प्यार नाल मिलदे सन, पर उन्हां तों ढाई घिरणा करदे सन जो हैंकड़ दे बुल्ले ते चढ़े हुए अपने आप नूं उन्हां तों उच्चा समझदे सन। उन्हां दी जिंदगी दा आदर्श ते मुख प्रयोजन गुरद्वारियां दी रखिया, मर्यादा दी पवित्रता दी कायमी, आचरण दी राखी, दीना दुखियां ते शरणागतां दी सहायता करनी हुंदी सी। ओह इन्हां फर्जां दे पूरा करन विच जान तक वारन दी परवाह नहीं सन करदे। जे अवसर आ बने तो इसके पूरा करन विच अपना सीस तक दे देन लई हर वक्त तैयार बर तैयार रहिंदे सन। ओह लोक अर्थात जायदाद दे कब्जे दे असूल दे पाबंद नहीं सन। ओह पदार्थ मकाना ते भोहां नू किसे दी मलकीयत नहीं मानदे सन। ओह समझदे सन कि सब कुछ वाहिगुरू दा है, मनुख सब भरा भरा हन,
मिल के प्यार नाल जीवन निर्वाह करना सब दा धर्म है। जिवें जल पौण सांझे हन तिवें भौ भी सांझी है ते भौ दी उत्पत्ति भी सांझी है। यह गल्लां ओह लुट खाण लई नहीं कहा करदे सन सगों अपना आप लुटा के दिखा दिया करदे हन। ओह ना अपने हथ आई माया नूं अपनी कर जानदे सन ते ना ही दूजे दे पदार्थ नूं उहनां दा समझदे सन। इस हालत विच उन्हां दा निर्वाह कठिन जापदा है पर उन्हां दा आचरण ऐसा ही पवित्र सी ते ओह करनी ते करनी दे ऐसे ही सूरमे सन। चाहे ओह इस ख्याल नूं बहुत ज़्यादा फैला ना सके पर अपने निर्वाह विच तंग भी नहीं होए। इसे दी पुष्टि विच कनिंगम लिखदा है कि मैं एक निहंग नूं देखिया जो पत्ते खा के गुजारा करदा सी पर लोकां दे आराम लई दिन रात जगरावां दी सड़क बणाउंदा हुंदा सी। बीर बहादुर अकाली फूला सिंह जी भी इसे खान दे एक श्रोमणी हीरा सन जिस दी बेमिसाल वीरता दे दबदबे अगे बड़े ताजवरां दे मुकटमन चुके ते रहिंदी दुनिया तक जिन्हां दे नाम दा डंका वजदा रहेगा। अकाली जी सिर तो पैरा तक कौमी प्यार उत्साह ते उच्च आचरण दी ज्योंदी जागदी सूरत सन। उस दे सीने विच ऐसा दिल सी जो पंथ दे दर्द नाल तड़फ तड़फ उठदा सी। उसकी सारी जिंदगी पंथ दी आत्मक मानसक सुधाचारक ते भाईचारक सुधार विच ही गुजरी। खालसा राज नूं वधाउण अते उस नूं स्थिर रखण विच उसने अपना सीस तक वार दिता। भावें राज दा मालक महाराजा रणजीत सिंह सी पर इलाके ते मुल्कां दा फतेह करन वाला जैसा कि पाठक अगे चल के पढ़नगे अकाली फूला सिंह ही सी। सम्मत 1869 तों 1880 बिक्रमी दे विचकार जो जो लड़ाइयां खालसा राज दे वादे लई जिथे जिथे होईयां लगभग उन्हां सारियां विच अकाली जी सने बलवान जथे दे शामिल रहे। खालसा राज दी जंगी सेवा बिना किसे तलब दे तनखाहदार फौजां तों वध चढ़ के करदे रहे ते इहो कारण सी जिस करके अकाली जी सारे पंथ विच सत्कारयोग मन्ने जांदे हन। पर यह गल अत शौक नाल प्रगट करनी पैंदी है कि ऐसे अदुती सूरमे दे जीवन समाचार लब्भन लग्गिया डाढ़ा ही निराश होना पैंदा है। जिस तरह असीं उत्ते दस आए हाँ कि साडे कौमी इतिहास दी नौका दे चप्पू मुढ़ तों ही अनमति मलाहां दे हथ विच आ गए जिस करके साडी इतिहासक बेड़ी ऐसे घूमण घेर विच सुट्टी गई कि जिस विचों उसदा कढ़ना असंभव तां नहीं पर डाढ़ा कठिन जरूर हो गया। सिंह सूरबीरां दीआं अदुती बहादरियां ते जित्तां जो उन्हां ने अपने सिर तली ते रख के किले दे मैदान फतेह करन विच दसियां ओह अनमति डोगरे ते दरबारियां दे नावां ते ठप दित्तियां गईआं ते सिख बहादरां दे उस समें दे कारनामियां दा जिक्र तक ना लिखिआ। जे कुछ भुल के या लड़ी नूं पूरा करन लई किसे दी कलम तों भोरा कू निकल भी गया ਤਾਂ ਉਸਨੂੰ ਐਸਾ ਸੰਕੋਚ ਕੇ ਗੁੰਝਲਦਾਰ ਲਿਖਿਆ ਕਿ ਪੜ੍ਹਨ ਵਾਲੇ ਦੇ ਦਿਲ 'ਤੇ ਕਿਸੇ ਚੰਗੇ ਅਸਰ ਦੀ ਥਾਂ ਸਗੋਂ ਉਲਟਾ ਬੁਰਾ ਭਾਸ ਪੈਂਦਾ ਹੈ। ਵਿਸ਼ੇਸ਼ ਕਰਕੇ ਅਕਾਲੀ ਫੂਲਾ ਸਿੰਘ ਜੀ ਦਾ ਬੇਧੜਕ ਸੱਚ ਗੋ ਅਤੇ ਖੁਸ਼ਾਮਦ ਤੋਂ ਘਿਰਣਾ ਕਰਨ ਵਾਲਾ ਹੋਣ ਕਰਕੇ ਇਹ ਅਨਿਆਂ ਸਭ ਤੋਂ ਵੱਧ ਇਹਨਾਂ ਨਾਲ ਵਰਤਿਆ ਗਿਆ। ਜਿਹਾ ਕੁ ਕਸ਼ਮੀਰ ਅਤੇ ਮੁਲਤਾਨ ਆਦਿ ਦੀਆਂ ਜਿੱਤਾਂ ਦੇ ਕਾਰਨਾਮਿਆਂ ਵਿੱਚ ਇੱਕ ਦੋ ਅੰਗਰੇਜ਼ ਇਤਿਹਾਸਕਾਰਾਂ ਤੋਂ ਛੁੱਟ ਬਾਕੀ ਦਿਆਂ ਨੇ ਅਕਾਲੀ ਜੀ ਦਾ ਨਾਮ ਇੱਥੋਂ ਸਮੂਲਚਾ ਹੀ ਉਡਾ ਦਿੱਤਾ ਹੈ। ਇਸੇ ਤਰ੍ਹਾਂ ਮਿਸਟਰ ਮਿਟਕਾਫ ਦੇ ਦਸਤੇ ਨਾਲ ਮੁਹਰਮ ਦੀ ਘਟਨਾ ਅਕਾਲੀ ਜੀ ਦੀ ਕਈ ਕੁ ਪੰਥਕ ਅਤੇ ਰਾਜਸੀ ਕੰਮਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ ਸੰਮਤੀ ਭੇਦ ਕਾਰਨ ਸ਼੍ਰੀ ਅੰਮ੍ਰਿਤਸਰ ਛੱਡ ਕੇ ਸ਼੍ਰੀ ਅਨੰਦਪੁਰ ਜੀ ਜਾਂ ਰਹਿਣ ਦੇ ਸਮਾਚਾਰ ਨੂੰ ਐਸੀ ਡਰਾਵਣੀ ਸ਼ਕਲ ਵਿੱਚ ਲਿਖਿਆ ਹੈ ਅਤੇ ਅਕਾਲੀ ਜੀ ਵਰਗੇ ਧਰਮ ਰਖਵਾਰੇ ਵੀਰ ਅਤੇ ਅਣਖੀ ਯੋਧੇ ਨੂੰ ਬਾਗੀ ਅਤੇ ਡਾਕੂ ਲਿਖ ਕੇ ਆਪਣੀ ਆਤਮਾ ਦਾ ਘਾਣ ਕੀਤਾ ਹੈ ਜਿਸ ਨੂੰ ਪੜ੍ਹਨ ਵਾਲਾ ਡੋਰ ਭੋਰ ਹੋ ਕੇ ਸੱਚ ਦੇ ਰਸਤਿਓਂ ਥੜਕ ਕੇ ਕੋਹਾਂ ਦੂਰ ਜਾ ਪੈਂਦਾ ਹੈ। ਇੱਕ ਹੋਰ ਔਕੜ ਜਿੰਨੇ ਇਤਿਹਾਸ ਅੱਜ ਤੀਕ ਲਿਖੇ ਗਏ ਉਹਨਾਂ ਸਾਰਿਆਂ ਵਿੱਚ ਅਕਾਲੀ ਜੀ ਦੇ ਪਹਿਲੇ ਸਮਾਚਾਰ ਲੱਭਣ ਦਾ ਕਿਸੇ ਨੇ ਵੀ ਯਤਨ ਨਹੀਂ ਕੀਤਾ ਜਿਸ ਦਾ ਕਾਰਨ ਇਹ ਜਾਪਦਾ ਹੈ ਕਿ ਕਿਉਂਕਿ ਅਕਾਲੀ ਜੀ ਦੇ ਸਿਰ ਤੋਂ ਆਪਣੇ ਪਿਤਾ ਦੀ ਛਾਇਆ ਨਿੱਕੇ ਹੁੰਦਿਆਂ ਤੋਂ ਹੀ ਉੱਠ ਗਈ ਸੀ
जिस करके उन्हां दे खानदानी हालात बहुत ही घट लोगों नूं मालूम हो सके। इत्थों तीक कि उन्हां दे पिता दा नाम तक भी किसी विरले नूं ही चेते रहा। दूजा अकाली जी दा जन्म एक छोटे जिहे इकल वंजे पए पिंड विच होया ते ओह भी कुछ समय दे मगरों डिग ढह के ऐसा वैरान होया कि अपने नाम नूं भी नाल ही अपने खंडरां विच लोप कर गया। ते हुण जद असीं खोज लई निकले ता उत्थे बिना एक छोटी जिही थे दे होर कुछ भी ना पाया। असां नूं इन्हां दे सारे हालात दे लब्भण विच करड़ियां औकड़ां दा सामना करना पिया ते मसां किते पूरा पूरा थों हथ आया। अकाली जी दा जीवन बिरतांत असां बहुत सारियां दुर्लभ अंग्रेजी फारसी ते पश्तो दियां तवारीखां प्रमाणिक ट्रेडिशन परंपरा सही फोकलोर प्रचलित कहानियां पश्तो दे गीत टप्पे अते अखावतां दे आधार पर लिखिया है। भावें असां अपने वल्लों अकाली जी दे सारे समाचार लब्भन लई पूरा यतन किया है पर उपर दसियां औकड़ां दे हुंदियां असी इह दावा नहीं कर सकते कि उनां दे कारनामे इन्ने ही सन। असी उनां किरपालुआं दे अति धनवादी होवांगे जिन्हां नूं इन्हां तों छुट कुछ अकाली जी दे प्रमाणिक समाचार मालूम होण तां उह सानूं लिखण दी खेचल करन तां कि इस पुस्तक दी अगली एडिशन विच असी उनां नूं वधा सकीए। अंत विच असी उनां बजुर्गां दी किरपालता दा अति धनवाद करदे हाँ जिन्हां ने सानूं इस पुस्तक दे लिखण लई मसाला इकट्ठा करन विच सहायता दित्ती है। खासकर नंबरदार बिशन सिंह जी, नजीकी संबंधी अकाली फूला सिंह तरन तारण ते बाबा तेजा सिंह जी जथेदार बुरज अकाली फूला सिंह वाले अते भाई हरनाम सिंह जी महंत समाध अकाली फूला सिंह पीर सबाक वाले जिन्हां ने अकाली जी की पहली जीवन विथ्या लभण विच चौखी मदद दित्ती है। अकाली फूला सिंह जी का दुती जीवन पढ़ के जे किसी प्यारे नूं अपनी कौम ते तरस आ जाए ते अपने उन्हां वड्डियां दे समाचार जिन्हां ने अपनियां जानां हूल के कौम नूं बालपण दे समें आप ही अत्याचार दी गिड़ेमार तों बचाया ढूंढ के कलम तों कढ छड्डे तां असीं समझांगे कि साडी इह तुच्छ काल कबूली गई है। बाबा प्रेम सिंह होती मरदान। एक ओंकार सतगुर प्रसाद अकाली जी की पहली विथ्या। कलर विच कवल दा उपज पैना एक अचंभे वाली गल है पर लाल सदा लुके छिपे पर्बतां विच्चों ही निकलदे हन। जिवें अपरस विदेश साईं लोक निर्जन थावां विखे ही अपने प्यारे दे प्यार विच सुख माणदे हन तिवें धर्मात्मा सुधारक ते महापुरख भी अपने जन्म दियां थावां किनारे ते इकल वंजे पईआं धरतीआं विच ही बणाउंदे हन। शीहां की नाम है ते की गाम है पाठकां विच्चों शायद ही किसे कदे सुनिया हो पर साडी पुस्तक दा कलाधारी बाबा फूला सिंह जी इसे गुमनाम पिंड दा सुभाग्य फल सी। शीहे ने सचमुच अपने नाम नूं सफल कर विखाया ते अकाली फूला सिंह जी वर्गा वीर बहादुर शीह पैदा कर दिता जिसने एक शीह की हजारां बेजवान गिदड़ां विच जीवन शक्ति भर के पूरे शीह बना दिते ते अपने अकाली नाम नूं सिख इतिहास विच सदा लई काल रहत बना गया। इलाका बांगर दे छोटे जिहे पिंड शीहां दे एक साधारण घर विच एक अधखड़ अवस्था दा एक सिंह भाई ईशर सिंह नाम करके गुरबाणी दी रंगण विच रता अपनी जिंदगी दे दिन बिता रहा सी। उसका नाम निष्काम सेवा ते वंड छकण आदि उच्च गुणा दे कारण अपने पिंड तों छुट सारे परगणे विच उग्गा हो गया सी। निशाना वाली मिसल नाल संबंधित होण करके पंथ दी लोड़ अनुसार उसनू कई संग्रामा विच अपने बाहुबल दा जोर दिखाउणा पिया। शुभ भागा नाल आप नू अर्दंगी भी ऐसी मिली जेही कि किसे पूर्ण सिख घराणे लई सोभदी है। इस तरह पंथ सेवा करदियां इह सुभाग जोड़े दे दिन बड़े आनंद पूर्वक लंघ रहे सन कि करतार ने एक पुत्तर दत्ता जिसका नाम श्री गुरु ग्रंथ साहिब जी दे हुक्म अनुसार सतगुरु जी दी संगत ने फूला सिंह रखिया। फूला सिंह नू जन्मे अजे साल ही बीतिया सी कि अहमद शाह अब्दाली दे छेवें हल्ले दी खबर जो उसने निरोल सिखां दा खुरा खोज मिटाउण लई कीता सी सारे पंजाब विच जंगल दी अग दी तरह
ਮੂੰਹ ਉੱਡ ਨਿਕਲੀ। ਪੰਜਾਬ ਵਿੱਚ ਪਹੁੰਚਦਿਆਂ ਹੀ ਇਹਨਾਂ ਨੇ ਸਿੱਖਾਂ ਪਰ ਅੱਤ ਦਾ ਕਹਿਰ ਵਰਤਾਉਣਾ ਆਰੰਭ ਦਿੱਤਾ। ਇੱਧਰ ਸਿੱਖ ਵੀ ਜੋ ਦੁਰਾਨੀ ਲਟੇਰੇ ਦੀ ਹਰ ਇੱਕ ਚਾਲ ਨੂੰ ਲਹੂ ਭਰੀਆਂ ਅੱਖਾਂ ਨਾਲ ਦੇਖ ਰਹੇ ਸਨ, ਕਦ ਬੇਚਿੰਤ ਬੈਠ ਸਕਦੇ ਸਨ। ਉਸੀ ਵਕਤ ਪਿੰਡ ਪਿੰਡ ਤੇ ਜਥੇ ਜਥੇ ਵਿੱਚ ਹੁਕਮਨਾਮੇ ਫੇਰ ਦਿੱਤੇ ਗਏ ਤੇ ਗੁਰਮਤਾ ਸੋਧਿਆ ਗਿਆ ਕਿ ਖਾਲਸੇ ਦਾ ਦਲ ਸਤਲੁਜੋਂ ਪਾਰ ਜਗਰਾਵਾਂ ਦੇ ਲਾਗੇ ਤਾਗੇ ਜਮ੍ਹਾਂ ਹੋ ਕੇ ਵੈਰੀ ਨਾਲ ਜੰਗ ਛੇੜ ਦੇਵੇ ਤੇ ਇਸ ਨੂੰ ਆਪਣੇ ਮਗਰ ਤਰੀਕਦੇ ਹੋਏ ਮਾਲਵੇ ਦੇ ਪਾਣੀ ਵਿਹੂਣੇ ਮਾਰੂਥਲਾਂ ਵਿੱਚ ਲੈ ਵੜੇ, ਜਿੱਥੇ ਪਹੁੰਚ ਕੇ ਇਹਨਾਂ ਬਰਫਾਨੀ ਸਿਪਾਹੀਆਂ ਨੂੰ ਉਹ ਹੱਥ ਦੱਸੇ ਜਾਣ ਕਿ ਮੁੜ ਪੰਜਾਬ ਦਾ ਨਾਮ ਭੁੱਲ ਕੇ ਵੀ ਨਾ ਲੈਣ। ਇਹ ਸਾਰੇ ਸਮਾਚਾਰ ਲਿਖਣ ਲਈ ਇੱਕ ਵੱਖ ਪੁਸਤਕ ਦੀ ਲੋੜ ਹੈ। ਅਸੀਂ ਇੱਥੇ ਕੇਵਲ ਉਨਾ ਹੀ ਲਿਖਦੇ ਹਾਂ ਜਿੰਨਾ ਕੁ ਇੱਕ ਪੁਸਤਕ ਨਾਲ ਸੰਬੰਧ ਰੱਖਦਾ ਹੈ। ਇਸੇ ਸਮੇਂ ਹੋਰਨਾਂ ਮਿਸਲਾਂ ਦੇ ਨਾਲ ਨਾਲ ਨਿਸ਼ਾਨ ਵਾਲੀ ਮਿਸਲ ਨੇ ਵੱਧ ਚੜ ਕੇ ਵੈਰੀ ਦਾ ਟਾਕਰਾ ਕੀਤਾ, ਜਿਨ੍ਹਾਂ ਵਿੱਚੋਂ ਅੱਧ ਤੋਂ ਵੱਧ ਸਿੰਘ ਰਣ ਭੂਮੀ ਵਿੱਚ ਸ਼ਹੀਦ ਜਾਂ ਫੱਟੜ ਹੋਏ। ਇਹਨਾਂ ਫੱਟੜਾਂ ਵਿੱਚ ਭਾਈ ਈਸ਼ਰ ਸਿੰਘ ਵੀ ਸੀ, ਜਿਸ ਨੂੰ ਇੱਕ ਕਾਰੀ ਫੱਟ ਲੱਗਾ ਸੀ, ਜਿਸ ਕਰਕੇ ਜਥੇ ਨਾਲ ਅੱਗੇ ਨਾ ਵੱਧ ਸਕਿਆ। ਦੂਜੇ ਦਿਨ ਜਦ ਇਹ ਵਾਹ ਵਰੋਲਾ ਘਟਿਆ ਤਾਂ ਨਿਯਮ ਅਨੁਸਾਰ ਕੁਝ ਕੁ ਸਿੰਘਾਂ ਨੇ ਰਾਤੋ ਰਾਤ ਮੈਦਾਨ ਵਿੱਚੋਂ ਜ਼ਖਮੀ ਸਿੰਘਾਂ ਨੂੰ ਚੁੱਕ ਕੇ ਇਕੱਲ ਵੰਜੇ ਨਵੇਕਲੀ ਥਾਂ ਪਾ ਦਿੱਤਾ ਤੇ ਇੱਥੋਂ ਫੇਰ ਜਿੱਥੋਂ ਜਿੱਥੋਂ ਦਾ ਕੋਈ ਸੀ ਉਹਨਾਂ ਸਭਨਾਂ ਨੂੰ ਘਰੋਂ ਘਰੀ ਪਹੁੰਚਾਉਣੇ ਦਾ ਪ੍ਰਬੰਧ ਕੀਤਾ ਗਿਆ। ਇਸ ਤਰ੍ਹਾਂ ਈਸ਼ਰ ਸਿੰਘ ਵੀ ਆਪਣੇ ਇਲਾਕੇ ਦੇ ਹੋਰਨਾਂ ਸਿੰਘਾਂ ਨਾਲ ਆਪਣੇ ਪਿੰਡ ਪਹੁੰਚਾਇਆ ਗਿਆ, ਜਿੱਥੇ ਇਸਦਾ ਫੱਟ ਸਿਉਂ ਕੇ ਇਲਾਜ ਹੁੰਦਾ ਰਿਹਾ। ਇਹਨਾਂ ਦਿਨਾਂ ਵਿੱਚ ਸਤਿਗੁਰੂ ਨੇ ਈਸ਼ਰ ਸਿੰਘ ਨੂੰ ਇੱਕ ਹੋਰ ਭੁਜੰਗੀ ਦਿੱਤਾ, ਜਿਸਦਾ ਨਾਮ ਸੰਤ ਸਿੰਘ ਰੱਖਿਆ ਗਿਆ। ਭਾਈ ਈਸ਼ਰ ਸਿੰਘ ਦੇ ਫੱਟ ਪਹਿਲੇ ਤਾਂ ਕੁਝ ਡਰਾਵਣੇ ਨਹੀਂ ਸਨ, ਪਰ ਸਮੇਂ ਸਿਰ ਕਿਸੇ ਲਾਇਕ ਫੱਟ ਬੰਨ ਦੇ ਨਾ ਪਹੁੰਚਣ ਕਰਕੇ ਉਹ ਅੱਲੇ ਜ਼ਖਮ ਵਿਗੜ ਕੇ ਜ਼ਹਿਰੀਲੇ ਹੋ ਗਏ, ਜਿਸ ਕਰਕੇ ਭਾਈ ਜੀ ਦੀ ਹਾਲਤ ਖਤਰੇ ਵਾਲੀ ਹੋ ਗਈ ਤੇ ਜਦ ਉਹਨਾਂ ਆਪਣਾ ਹਾਲ ਨਾਜ਼ੁਕ ਡੱਠਾ ਤਾਂ ਆਪਣੇ ਸਤਸੰਗੀ ਬਾਬਾ ਨਰੈਣ ਸਿੰਘ ਜੀ ਅਕਾਲੀ ਨੂੰ, ਜੋ ਸ਼ਹੀਦਾਂ ਦੀ ਮਿਸਲ ਦੇ ਉੱਘੇ ਸੇਵਕ ਸਨ, ਆਪਣੇ ਕੋਲ ਸਦਵਾ ਕੇ ਆਪਣੇ ਭੁਚੰਗੀ ਦਾ ਹੱਥ ਉਸਦੇ ਹੱਥ ਸੌਂਪ ਕੇ ਆਖਿਆ ਕਿ ਜੇ ਇਸ ਬੱਚੇ ਨੂੰ ਸਤਿਗੁਰੂ ਜੀ ਨੇ ਆਯੂ ਬਖਸ਼ੀ ਤਾਂ ਇਸ ਨੂੰ ਆਪਣਾ ਬੱਚਾ ਜਾਣ ਕੇ ਐਸਾ ਤਿਆਰ ਕਰਨਾ ਕਿ ਇਹ ਪੂਰਾ ਪੂਰਾ ਪੰਥ ਸੇਵਕ ਬਣ ਸਕੇ। ਬਾਲ ਅਵਸਥਾ। ਫੂਲਾ ਸਿੰਘ ਦੀ ਬਾਲ ਅਵਸਥਾ ਦੇ ਜਿੰਨੇ ਕੁ ਸਮਾਚਾਰ ਅਸਾਂ ਨੂੰ ਮਾਲੂਮ ਹੋ ਸਕੇ ਹਨ ਉਹ ਇਸ ਯੋਗ ਜਾਪਦੇ ਹਨ ਕਿ ਉਹਨਾਂ ਨੂੰ ਕਲਮ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਉਹ ਸਾਡੇ ਇਤਿਹਾਸ ਦਾ ਕਿਸੇ ਸਮੇਂ ਇੱਕ ਅੰਗ ਬਣਨ ਦਾ ਮਾਣ ਪਾ ਸਕਣ। ਕੁਦਰਤ ਨੇ ਉਸਨੂੰ ਬਚਪਨ ਵਿੱਚ ਹੀ ਉਹ ਵਿਲੱਖਣ ਦਿਲ ਤੇ ਤੀਖਣ ਬੁੱਧੀ ਬਖਸ਼ੀ ਸੀ ਜੋ ਬਹੁਤ ਘੱਟ ਆਮ ਬੱਚਿਆਂ ਵਿੱਚ ਪਾਈ ਜਾਂਦੀ ਹੈ। ਉਸਨੇ 10 ਵਰ੍ਹਿਆਂ ਦੀ ਉਮਰ ਵਿੱਚ ਹੀ ਆਪਣੀ ਧਰਮੀ ਮਾਂ ਤੇ ਬਾਬਾ ਨਰੈਣ ਸਿੰਘ ਦੀ ਸੌਂਪਣੀ ਵਿੱਚ ਨਿਤਨੇਮ ਦੀਆਂ ਬਾਣੀਆਂ ਤੋਂ ਛੁੱਟ ਸਾਰੀ ਅਕਾਲ ਉਸਤਤ 33 ਸਵੱਈਏ ਤੇ ਹੋਰ ਬਹੁਤ ਸਾਰੀਆਂ ਸ਼੍ਰੀ ਮੁਖਵਾਕ ਬਾਣੀਆਂ ਕੰਠ ਕਰ ਲਈਆਂ ਸਨ। ਇਸ ਉਮਰ ਵਿੱਚ ਜਿਨ੍ਹਾਂ ਨੇ ਉਸਨੂੰ ਦੇਖਿਆ ਕਹਿੰਦੇ ਸਨ ਕਿ ਉਸਦੇ ਸੀਨੇ ਵਿੱਚ ਨਿੱਕੇ ਹੁੰਦਿਆਂ ਹੀ ਅਲੌਕਿਕ ਧਾਰਮਿਕ ਜੋੜ ਬੇਧੜਕ ਤੇ ਨਿਡਰ ਦਿਲ ਹੁਲਾਰੇ ਲੈਂਦਾ ਸੀ। ਦ੍ਰਿੜਤਾ ਐਸੀ ਸੀ ਕਿ ਜਦ ਸੰਥਾ ਲੈਣੀ ਜਿੱਥੋਂ ਤੀਕ ਕੰਠ ਨਾ ਹੋ ਜਾਏ, ਖਾਣ ਪੀਣ ਲਈ ਸੰਕਲਪ ਤੱਕ ਨਹੀਂ ਸੀ ਉਪਜਦਾ। ਇਹਨਾਂ ਸਾਰੇ ਗੁਣਾਂ ਦੇ ਨਾਲ ਨਾਲ ਗੁਰਬਾਣੀ ਦਾ ਪਿਆਰ ਉਸਦੇ ਅੰਦਰ ਇੰਨਾ ਭਰਿਆ ਪਿਆ ਸੀ ਕਿ ਇਸ ਖੇਡ ਕੁੱਦ ਦੀ ਅਲਬੇਲੀ ਅਵਸਥਾ ਵਿੱਚ ਜਦ ਕਦੇ ਉਹ ਕਿਸੇ ਨੂੰ ਮਿਲਿਆ ਗੁਰਬਾਣੀ ਪੜ੍ਹਦਾ ਹੀ ਦੱਸਦਾ। ਜਦ ਫੂਲਾ ਸਿੰਘ ਧਾਰਮਿਕ ਵਿੱਦਿਆ ਵਿੱਚ ਚੰਗਾ ਨਿਪੁੰਨ ਹੋ ਗਿਆ ਤਾਂ ਨਿਯਮ ਅਨੁਸਾਰ ਬਾਬਾ ਨਰੈਣ ਸਿੰਘ ਜੀ ਨੇ ਉਸਨੂੰ ਸ਼ਸਤਰ ਵਿੱਦਿਆ ਦੇਣੀ ਆਰੰਭ ਦਿੱਤੀ ਜੋ ਹਰ ਇੱਕ ਸਿੱਖ ਬੱਚੇ ਲਈ ਜ਼ਰੂਰੀ ਹੁੰਦੀ ਸੀ। ਅਕਾਲੀ ਨਰੈਣ ਸਿੰਘ ਜੀ ਫੂਲਾ ਸਿੰਘ ਨੂੰ ਆਪਣੇ ਭੁਚੰਗੀਆਂ ਤੋਂ ਵੱਧ ਪਿਆਰ ਕਰਦੇ ਸਨ। ਉਹਨਾਂ ਨੇ ਥੋੜ੍ਹੇ ਸਮੇਂ ਵਿੱਚ ਹੀ ਫੂਲਾ ਸਿੰਘ ਜੀ ਨੂੰ ਇਸ ਕਰਤੱਵ ਵਿੱਚ ਪੂਰਨ ਕਰ ਦਿੱਤਾ। ਵਿਸ਼ੇਸ਼ ਕਰਕੇ ਸ਼ਮਸ਼ੇਰ ਜਨੀ ਤੇ ਧਨੁੱਖ ਚੜਾਉਣੇ ਵਿੱਚ ਤਾਂ ਉਹ ਨਿਪੁੰਨਤਾ ਪ੍ਰਾਪਤ ਕੀਤੀ ਕਿ ਸਭ ਲੋਕ ਹੈਰਾਨ ਰਹਿ ਗਏ। ਹੁਣ ਫੂਲਾ ਸਿੰਘ ਘੋੜੇ ਦੀ ਸਵਾਰੀ ਤੇ ਹੋਰ ਸਾਰੇ ਜੰਗੀ ਗੁਣਾਂ ਵਿੱਚ ਪੂਰੀ ਪੂਰੀ ਤਰ੍ਹਾਂ ਮਾਹਰ ਹੋ ਗਿਆ। ਅਕਾਲੀ ਨਰੈਣ ਸਿੰਘ ਆਪਣੇ ਸਾਰੇ ਵਿਦਿਆਰਥੀਆਂ ਨੂੰ ਫਰਜ਼ੀ ਮੈਦਾਨੇ ਜੰਗ ਵਿੱਚ ਲੈ ਜਾਂਦੇ ਤੇ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਆਪੋ ਵਿੱਚ ਇੱਕ ਭਾਗ ਨੂੰ ਦੂਜੇ ਤੇ ਹੱਲਾ ਕਰਵਾਉਂਦੇ, ਜੋ ਉਹ ਅੱਗੋਂ ਉਹਨਾਂ ਦੇ ਹੱਲੇ ਨੂੰ ਰੋਕਦੇ ਹੋਏ ਪਰਤ ਕੇ ਮੁੜ ਉਹਨਾਂ ਤੇ ਹੀ ਟੁੱਟ ਪੈਂਦੇ ਆਦਿ।
इस अभियासी जंग विच फूला सिंह दे अबुझ जोश ते अटल दृढ़ता नू देख देख के बाबा नारायण सिंह जी फुले नहीं सन समाउंदे। माई दा विछोड़ा ते अंतम सिख्या। फूला सिंह दी माई अपने नौ निहाल नू इस तरह वधदा फुलदा ते मौलदा देख के अपने मन ही मन विच गदगद हुंदी रहिंदी सी, पर शौक कि यह समा कोई बहुता लम्मा ना रहा कि यह धर्मी मां अपने अखां दे चानण नू पंथ दे सिर विकिया देखदी, जिस लई जिस गुरमुख माता ने अपने रंडेपे दा सब कुछ वार के अपने दुलारे नू पालिया सी। माई दी अवस्था वडेरी हो जाण करके अचनचेत ही एक दिन ओह पौड़ी तो ऐसी डिगी कि डिगदे सार ही बेहाल हो गई, ते जद माई ने अपना अंत नेड़े देखिया ता अपने नौजवान पुत्तर नू सामने बुलाया ते एक छोटी पर गुणापूरत सिख्या दित्ती जिस पर ओह अंतले सुवासा तक तत्पर रहा। मां ने फूला सिंह दा हथ चुम के आखिया, मेरे लाल, मैं उस लमड़े देश दी ढाई करन लई तैयार होई हां जिथों जा के कोई भी नहीं परत्या ते जिथे सब ने एक दिन जाना है। वीर पुत्तर, तैं इस संसार दी यात्रा संपूर्ण करनी है, पर मैं देखदी हां कि तू अकला है ते अजे तू इस जगत दे गोरख धंधे तो अनजाण है। इस कजल दी कोठरी विच्चों कोई विरला ही अलोप ते बिदाग रहा है ते ओहो ही बचिया है जिसने खिन खिन सतगुरु दी चरण सरन विच अपने मन नू प्रेम डोरी नाल जोड़िया है। पुत्तर, मैं यह भी निश्चे जानदी हाँ कि मेरिया यह अंतलियां मत्तां तैनू सदा सच्चे साथी दा काम देनगियां। बच्चा, मैं तैनू पंथ सेवा लई सब तरह योग बनाण दा यतन कीता है अते गुरु दी मेहर नाल तू सब तरह इस काम दे योग भी हो गया है। पुत्तर, देश विच जुलम अत्याचार दियां बिजलियां सब पासियां तो दीना दे सिर गिर रहियां हन। बच्चिया, यह धर्म तेरा होवेगा कि दीन हीन अनाथां नू इन्हां कष्टां तो छुड़ाउण लई सिर ते खेड़ के सिखी धर्म निभाही। इस समय दे हत्थों धर्म कुचलिया जा रहा है, जे धर्म दी पावन जोत नू इस धर्म दी हनेरी तो बचावण विच सरबंस तक भी लग जावे ता अपने चंगे भाग जानी ते पिछे ना हटी। सनमुख हो के रण विखे मरना सूरमिया दा धर्म है, पिछे पैर पाना कायरता है। तू अपने बली पिता दा पुत्तर है ते महान ते जसवी जोधे तेग धारी गुरु दा सिख है। उना दे ही पाए पूर्णिया पर तुरन लई तत्पर रही ते अपनी संगत दे अपार गुड़े रंग नाल ऐसे होर बली वीर ते उमंगी जोधे पैदा करी जो धर्म देश ते दीना दी राखी विच अपना आप ला देना साधारण जही खेड समझण। तू सच्चाई नाल सदीव प्यार करी, सतगुर दी बाणी चित धरी, आप जपी ते होरना नू जपावी। पुत्तर, पंथ नू इस समय तेरी लोड़ है, तैनू पंथ लई जीना ते पंथ लई मरना होवेगा। धर्म दे वादे ते पंथ दी सेवा विखे ही अपना कल्याण समझी। तेरा पिता अपना प्यारा मुखड़ा सदा लई मैथों लुका गया, हुण मैं तैनू जगत विच मनुखी खेडां खेडदा छड़ के चली हाँ। बच्चा, मोह करके वैणा विच पैणा ततवेतियां दा काम नहीं, जगत विच मोह दा चिक्कड़ पसरिया होया है, पर दाने पुरख इस खुबण विच पैर नहीं फसाउंदे ते ना इस तिलकणबाजी विच गाफल हो के मानसिक भंडारे दे रतना दा डब्बा लुटाउंदे हन। पुत्तर, जिन्हां ने मन नूं गुरु चरणा नाल जोड़िया है ओह मोह माया के संजन लेप दे आसरे जीवन निभा करदे हन। तू सिख है, होर वधीक की दसा, बस सिखी जीवन बतीत करी तां कि मेरी कुख नूं दाग ना लगे। पुत्तर, तू हुण गुरु दे हवाले, धर्मी मां इतना कह के सदा लई सुख दी नींद घूक सौ गई। फूला सिंह ने अपनी माता दे गुरमत संस्कार तो वेले हुंदिया ही सब तो पहला काम जो कीता ओहो एह सी के बाबे नारायण सिंह दे डेरे आके अकाली शस्त्र बस्त्र पहन लए ते शहीदां दी मिसल विखे रल गया। फिर अपनी भौं ते घर बार इस संपर्दा दे पावन असूल अनुसार कि संसारक धन माल ते जमीना आदि मनुख मात्र दियां सांझियां हन ते एह किसे दा हक नहीं कि बलवान हीन तो कोई वस्तु जोर नाल खो सके,
ਪਿੰਡ ਵਿੱਚ ਲੁਟਾ ਦਿੱਤਾ ਤੇ ਆਪ ਪੰਥਕ ਜੀਵਨ ਬਿਤਾਉਣਾ ਆਰੰਭ ਕਰ ਦਿੱਤਾ। ਪੰਥਕ ਜੀਵਨ ਦਾ ਆਰੰਭ ਕੁਝ ਦਿਨ ਮਗਰੋਂ ਫੂਲਾ ਸਿੰਘ ਅਕਾਲੀ ਨਾਰਾਇਣ ਸਿੰਘ ਦੇ ਜਥੇ ਨਾਲ ਸ੍ਰੀ ਆਨੰਦਪੁਰ ਵਿਖੇ ਆ ਰਹੇ। ਇੱਥੇ ਆਪ ਦੇ ਜੀਵਨ ਦਾ ਬਹੁਤ ਸਾਰਾ ਸਮਾਂ ਗੁਰਦੁਆਰਿਆਂ ਦੀ ਸੇਵਾ ਵਿੱਚ ਬੀਤਿਆ। ਇਸ ਸਮੇਂ ਅੰਦਰ ਫੂਲਾ ਸਿੰਘ ਨੂੰ ਕਈ ਕੁ ਸੰਗਰਾਮਾਂ ਵਿੱਚ ਸ਼ਾਮਲ ਹੋਣ ਦਾ ਸਮਾਂ ਲੱਜਦਾ ਰਿਹਾ, ਜਿਸ ਕਰਕੇ ਹੁਣ ਉਸਨੂੰ ਲੜਾਈਆਂ ਦੇ ਰੰਗ ਢੰਗ ਤੇ ਹੱਲਿਆਂ ਦੀ ਰੋਕਥਾਮ ਅਤੇ ਵੈਰੀਆਂ ਤੇ ਧਾਵੇ ਆਦਿ ਕਰਨ ਦਾ ਪੂਰਾ ਪੂਰਾ ਅਭਿਆਸ ਹੋ ਗਿਆ। ਜਿਉਂ ਜਿਉਂ ਉਸਦਾ ਸ਼ੁੱਧ ਆਚਰਣ ਤੇ ਧਾਰਮਿਕ ਜੋਸ਼ ਉੱਚ ਤੋਂ ਵੱਧਦਾ ਗਿਆ, ਤਿਉਂ ਤਿਉਂ ਉਸਦਾ ਮਾਨ ਤੇ ਰੁਤਬਾ ਸਾਰੇ ਜਥੇ ਵਿੱਚ ਮਨੀਣ ਲੱਗਾ। ਇੱਥੋਂ ਤੀਕ ਕਿ ਬਾਬਾ ਨਾਰਾਇਣ ਸਿੰਘ ਦੇ ਜਥੇ ਵਿੱਚ ਬਾਬਾ ਜੀ ਦੇ ਬਾਅਦ ਫੂਲਾ ਸਿੰਘ ਜੀ ਹੀ ਜਥੇਦਾਰ ਥਾਪੇ ਗਏ। ਬਾਬਾ ਫੂਲਾ ਸਿੰਘ ਦਾ ਸ੍ਰੀ ਅੰਮ੍ਰਿਤਸਰ ਜੀ ਆਉਣਾ। ਅਕਾਲੀ ਫੂਲਾ ਸਿੰਘ ਆਪਣੇ ਜਥੇ ਸਮੇਤ ਸੰਮਤ 1857 ਬਿਕਰਮੀ ਨੂੰ ਸ੍ਰੀ ਅੰਮ੍ਰਿਤਸਰ ਜੀ ਆ ਗਏ। ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰਨਾਂ ਗੁਰਦੁਆਰਿਆਂ ਦੇ ਸੇਵਕਾਂ ਦੇ ਅੰਦਰ ਬੁਰਛਾਗਰਦੀ ਦੇ ਕਾਰਨ ਜੋ ਜੋ ਗੁਰ ਆਸ਼ੇ ਦੇ ਵਿਰੁੱਧ ਕੁਰੀਤੀਆਂ ਪ੍ਰਚਲਿਤ ਹੋ ਗਈਆਂ ਸਨ, ਉਹਨਾਂ ਦਾ ਮੁੜ ਨਵੇਂ ਸਿਰੋਂ ਸੁਧਾਰ ਕੀਤਾ ਤੇ ਆਪਣੀ ਨਜ਼ਰ ਹੇਠ ਸਾਰਾ ਪ੍ਰਬੰਧ ਰੱਖਿਆ। ਸ੍ਰੀ ਅੰਮ੍ਰਿਤ ਸਰੋਵਰ ਦੀ ਸੇਵਾ ਸੰਗਤਾਂ ਤੇ ਆਪਣੇ ਜਥੇ ਤੋਂ ਇਸੇ ਹੀ ਸਾਲ ਕਰਵਾਈ। ਮਹਾਰਾਜਾ ਰਣਜੀਤ ਸਿੰਘ ਦਾ ਸ੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਨਾਲ ਮਿਲਾਉਣਾ। ਪੋ ਸੰਮਤ 1858 ਬਿਕਰਮੀ ਮੁਤਾਬਕ 1801 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਨਾਲ ਮਿਲਾਉਣ ਲਈ ਚੜ੍ਹਾਈ ਕੀਤੀ ਤੇ ਭੰਗੀਆਂ ਦੀ ਮਿਸਲ ਦੇ ਸਰਦਾਰ, ਜੋ ਮਹਾਰਾਜਾ ਦੇ ਪਿਤਾ ਮਹਾਂ ਸਿੰਘ ਦੇ ਸਮੇਂ ਤੋਂ ਆਪ ਦੇ ਵਿਰੁੱਧ ਸਨ ਅਤੇ ਅੱਜ ਤੱਕ ਇਸ ਦੇ ਅਨੁਸਾਰੀ ਨਹੀਂ ਹੋਏ ਸਨ, ਉਹਨਾਂ ਦਾ ਕਬਜ਼ਾ ਸਦਾ ਲਈ ਗੁਰਾਂ ਦੀ ਨਗਰੀ ਤੋਂ ਉਠਾ ਦਿੱਤਾ। ਲੜਾਈ ਦੇ ਆਰੰਭ ਹੁੰਦਿਆਂ ਹੀ ਅਕਾਲੀ ਫੂਲਾ ਸਿੰਘ ਦੋਨੋਂ ਸਿੱਖ ਫੌਜਾਂ ਦੇ ਵਿੱਚ ਹੋ ਖਲੋਤਾ ਤੇ ਦੋਹਾਂ ਧਿਰਾਂ ਦੇ ਸਰਦਾਰਾਂ ਨੂੰ ਘਰ ਵਿੱਚ ਲੜਨ ਤੋਂ ਮਨਾ ਕੀਤਾ। ਮਹਾਰਾਜਾ ਸਾਹਿਬ ਅਕਾਲੀ ਜੀ ਦੀ ਸਾਫ਼ ਗੋਈ ਤੇ ਕੌਮੀ ਦਰਦ ਨੂੰ ਦੇਖ ਕੇ ਬਹੁਤ ਹੀ ਪ੍ਰਸੰਨ ਹੋਏ ਤੇ ਉਸੀ ਵਕਤ ਘੇਰਾ ਉਠਾ ਦਿੱਤਾ। ਉੱਧਰ ਭੰਗੀ ਸਰਦਾਰ ਆਪਣੇ ਆਪ ਕਿਲ੍ਹੇ ਤੋਂ ਨਿਕਲ ਆਏ ਤੇ ਮਹਾਰਾਜੇ ਦੀ ਈਨ ਮੰਨ ਕੇ ਸੁਲਾਹ ਕਰ ਲਿੱਤੀ ਤੇ ਉਹਨਾਂ ਦੇ ਗੁਜ਼ਾਰੇ ਲਈ ਮਹਾਰਾਜਾ ਸਾਹਿਬ ਨੇ ਬਹੁਤ ਸਾਰੀ ਜਾਗੀਰ ਬਖਸ਼ੀ ਤੇ ਬਹੁਤ ਕਿਰਪਾਲਤਾ ਨਾਲ ਪੇਸ਼ ਆਏ। ਮਹਾਰਾਜਾ ਸਾਹਿਬ ਨੇ ਇਸ ਸਮੇਂ ਦਰਬਾਰ ਸਾਹਿਬ ਦੇ ਟਹਿਲੇ ਲਈ ਬਹੁਤ ਸਾਰੀ ਮਾਇਆ ਅਰਦਾਸ ਕਰਵਾਈ ਤੇ ਹੋਰਨਾਂ ਗੁਰਦੁਆਰਿਆਂ ਦੀ ਵੀ ਯਥਾਯੋਗ ਸੇਵਾ ਕੀਤੀ ਔਰ ਅਕਾਲੀ ਜਥੇ ਦੇ ਲੰਗਰ ਲਈ ਵੀ ਜਾਗੀਰ ਲਵਾ ਦਿੱਤੀ। ਮਹਾਰਾਜੇ ਦਾ ਕਸੂਰ ਨੂੰ ਫਤਿਹ ਕਰਨਾ, ਅਕਾਲੀ ਫੂਲਾ ਸਿੰਘ ਤੋਂ ਸਹਾਇਤਾ ਲੈਣੀ। ਸੰਨ 1807 ਈਸਵੀ ਦੇ ਆਰੰਭ ਵਿੱਚ ਕੁਤਬਦੀਨ ਖਾਨ ਪਠਾਨ ਹਾਕਮ ਕਸੂਰ ਦੇ ਇਲਾਕੇ ਵੱਲੋਂ ਖਾਲਸਾ ਰਾਜ ਵਿਰੁੱਧ ਫੌਜੀ ਤਿਆਰੀਆਂ ਅਤੇ ਉੱਥੋਂ ਦੇ ਵਸਨੀਕ ਖਾਲਸੇ ਤੇ ਜ਼ੁਲਮ ਤੇ ਤਦੀ ਦੀਆਂ ਰਿਪੋਰਟਾਂ ਪਹੁੰਚੀਆਂ। ਮਹਾਰਾਜਾ ਸਾਹਿਬ ਨੇ ਫਕੀਰ ਅਜੀਜ਼ੂਦੀਨ ਆਦਿ ਨੂੰ ਵਕੀਲ ਥਾਪ ਕੇ ਕਸੂਰ ਭੇਜਿਆ ਕਿ ਕੁਤਬਦੀਨ ਨੂੰ ਆਪਣੇ ਕੀਤੇ ਅਹਿਦਨਾਮੇ ਅਨੁਸਾਰ ਰਹਿਣ ਤੇ ਸਿੱਖ ਪਰਜਾ ਪਰ ਅਤਿਆਚਾਰ ਤੋਂ ਰੋਕੇ, ਪਰ ਜੋਸ਼ੀਲਾ ਪਠਾਨ ਫਕੀਰ ਜੀ ਦੀ ਸਿੱਖਿਆ ਤੇ ਤੁਰਨ ਦੀ ਥਾਵੇਂ ਉਲਟਾ ਉਸ ਨਾਲ ਡਾਢਾ ਲੋਹਾ ਲਾਖਾ ਹੋ ਕੇ ਪੇਸ਼ ਆਇਆ ਕਿ ਤੂੰ ਪੈਗੰਬਰ ਦਾ ਉੱਮਤੀ ਹੋ ਕੇ ਸਿੱਖਾਂ ਦੀ ਨੌਕਰੀ ਕਰਦਾ ਹੈ ਤੇ ਸਾਨੂੰ ਇਸਲਾਮ ਦੇ ਪ੍ਰਚਾਰ ਤੋਂ ਰੋਕਦਾ ਹੈ, ਇਹ ਕੰਮ ਕਲਮਾ ਗੋ ਮੋਮਨਾ ਦਾ ਨਹੀਂ ਕਾਫਰਾਂ ਦਾ ਹੈ ਆਦਿ। ਫਕੀਰ ਅਜੀਜ਼ੂਦੀਨ ਜਦ ਲਾਹੌਰ ਪਹੁੰਚਿਆ ਤਾਂ ਸਾਰੀ ਵਿਥਿਆ ਮਹਾਰਾਜਾ ਨੂੰ ਕਹਿ ਸੁਣਾਈ। ਮਹਾਰਾਜਾ ਸਾਹਿਬ ਦੇ ਬੀਰ ਰਸ ਨੇ ਹੁਲਾਰਾ ਖਾਧਾ ਤੇ ਉਸੇ ਦਿਨ ਤੋਂ ਹੀ ਕਸੂਰ ਪਰ ਚੜ੍ਹਾਈ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਜਦ ਕੁਤਬਦੀਨ ਨੂੰ ਚੜ੍ਹਾਈ ਦਾ ਪਤਾ ਲੱਗਾ ਤਾਂ ਉਸਨੇ ਵੀ ਦੂਰ ਦੂਰ ਤੋਂ ਜਹਾਦੀ ਪਠਾਣਾਂ ਨੂੰ ਇਕੱਠਾ ਕਰਕੇ ਲਾਗੇ ਦੇ ਸਾਰੇ ਨਿੱਕੇ ਵੱਡੇ ਕਿਲ੍ਹਿਆਂ ਨੂੰ ਪਕਿਆਈ ਕਰਕੇ ਉਸਨੂੰ ਖਾਣੇ ਦਾਣੇ ਨਾਲ ਭਰ ਦਿੱਤਾ। ਮਹਾਰਾਜਾ ਸਾਹਿਬ ਨੂੰ ਜਦ ਇਹਨਾਂ ਸਾਰੀਆਂ ਤਿਆਰੀਆਂ ਤੇ ਗਾਜ਼ੀਆਂ ਦੀ ਬਹੁਤਾਤ ਦਾ ਪਤਾ ਲੱਗਾ ਤਾਂ ਆਪ ਨੇ ਵੀ ਨੇੜੇ ਤੇੜੇ ਦੀਆਂ ਛਾਵਣੀਆਂ ਤੋਂ ਹੋਰ ਫੌਜਾਂ ਇਕੱਤਰ ਕਰਵਾ ਲਈਆਂ। ਕਿਉਂਕਿ ਆਪ ਨੇ ਅਕਾਲੀ ਫੂਲਾ ਸਿੰਘ ਦੀ ਵੀਰਤਾ ਤੇ ਦ੍ਰਿੜਤਾ ਦੇ ਸਮਾਚਾਰ ਕਈ ਵੇਰ ਸੁਣੇ ਸਨ, ਇਸ ਸਮੇਂ ਮਦਦ ਲਈ ਅਕਾਲੀ ਜੀ ਨੂੰ ਵੀ ਸਣੇ ਆਪਣੇ ਜਥੇ ਦੇ ਲਾਹੌਰ ਮੰਗਵਾ ਲਿਆ ਤੇ ਫਰਵਰੀ ਸੰਨ 1807 ਈਸਵੀ ਨੂੰ ਇਸ ਖਾਲਸਈ ਦਲ ਨੇ ਕਸੂਰ ਨੂੰ ਜਾ ਘੇਰਿਆ। ਸ਼ਹਿਰ ਤੋਂ ਬਾਹਰ ਵੀ ਦੋ ਲੜਾਈਆਂ ਵੱਡੀਆਂ ਤਕੜੀਆਂ ਹੋਈਆਂ, ਜਿਨ੍ਹਾਂ ਦੋਹਾਂ ਵਿੱਚ ਸਿੰਘਾਂ ਦੀ ਫਤਿਹ ਰਹੀ। ਛੇਕੜ ਕੁਤਬਦੀਨ ਆਪਣਾ ਕੋਈ ਬਚਾਓ ਮੈਦਾਨੀ ਲੜਾਈ ਵਿੱਚ ਨਾ ਦੇਖ ਕੇ ਸਣੇ ਫੌਜ ਕਿਲ੍ਹੇ ਵਿੱਚ ਹੋ ਬੈਠਾ।
खालसे ने किले का घेरा घत दिता ते तोपां बीड़ के लगे गोले वरसान। अंदरों कुतबद्दीन भी जो बड़ा जोशीला गाजी मशहूर सी बड़ी बहादुरी नाल जान तोड़ के लड़िया ते बहुत दिनां तक किले नूं बचाई रखिया। बारों खालसे ने जद लड़ाई नूं लमकदा डठा तां इक दिन रातों रात किले दीआं दीवारां हेठ सुरंगा लगा के उन्हां विच बरूद भर दिता ते दिन चढ़न तों पहले पहले ही तोड़े दाग दिते। सुरंगा विच बरूद दा उड़ना सी कि किले दी लहिंदे दी बाही अडोल ही धरती ते विछ गई। बस फिर की सी, उपरों उसी वक्त हल्ला कर दिता गया। अख दे फोर विच खालसे दा दल किले विच जा वड़िया। किले विच गाजी खां ने खूब तलवार चलाई पर सिंघां दे अमोड़ हल्ले अगे उन्हां दी कुछ पेश ना चली। छेकड़ बहुत छेती सारे किले ते महाराजा साहिब दा पूरा पूरा कब्जा हो गया। कुतबद्दीन नसदा होया फड़िया गया ते जद महाराजा साहिब दे पेश किता गया तां बड़ी अधीनगी नाल महाराजे तों जान बख्शी लई मिन्नतदार होया। महाराजा साहिब ने मिन्नत मन लई ते उस दा गुनाह बख्श दिता। इस नूं सतलुज दे पार गुजारे लई जागीर दिती गई। इस जंग विच अकाली जथे दी बहादुरी ते खासकर अकाली फूला सिंह दी वरियामता ने तां महाराजा साहिब दे दिल विच ओह कदर पैदा कर दिती जो अगे नूं सारी उम्र उस दे मन विच वधदी ही गई ते इस दे बाद जदों कोई कठन तों कठन लड़ाई पेश आउंदी रही उस दी फतेह दा सेहरा सदा ही अकाली फूला सिंह दे सिर रहा, जिस दा जिक्र अगलियां पत्रियां विच सविस्थार आएगा। चूंकि हुण अकाली जथा गिणती विच बहुत वध गया सी, इस लई महाराजा साहिब ने भी लंगर दी सेवा लई होर जागीर वधा दित्ती। अकाली जी सने जथे दे श्री अमृतसर जी आ गए। मिस्टर मिटकाफ दे दस्ते नाल अकाली फूला सिंह दी अचनचेती चपट। जद लार्ड मिंटू हिंद दे गवर्नर जनरल बन के आए तां आप नूं लार्ड कार्निवालिस दी ला तअल्लक पालसी नूं समें दी लोड़ अनुसार बदलना पिया। अव्वल यूरप दे प्रसिद्ध फाते विजयी नेपोलियन बोनापार्ट शहनशाह फ्रांस दी फौजी ताकत इस समय तरक्की दी चोटी ते पहुंची हुई सी, जिस नाल ओह लगभग सारे यूरप ते फतेह पा चुका सी। दूजा ओह शहनशाह रूस नाल नवा अहदनामा करके यूरप दे युद्ध जंगा तों पूरी तरह वेला हो बैठा सी ते हुण दिन रात इन्हां तैयारियां विच सी कि हिंदुस्तान ते चढ़ाई कीती जावे। इसे संबंधी तुर्क ते ईरान नाल भी समझौता कर रहा सी। इस दीआं इन्हां चालां नूं रोकण लई लार्ड मिंटू ने ना केवल दरिया जमुना पार दे रईसां नाल दोस्ती गंढणी चाही बल्कि इस तों परे महाराजा रणजीत सिंह वालीए पंजाब ते शाह शुजा अमीर काबल अते शाह ईरान नाल भी सांझे भाईचारक संबंध ते अहदनामे करने जरूरी समझे ताकि यूरप दी किसे होर ताकत दा जो एशिया ते चढ़ाई करे उसका टाकरा सम्मिलित फौजां नाल कीता जाए। इस तों छुट सतलुज पार दे रईस भी अंग्रेजी राखी हेठ आउण लई यतन कर रहे सन। इन्हां सारियां गल्लां दा फैसला करन लई मिस्टर मिटकाफ लाहौर दरबार वल ते सर जान मैलकम ईरान नूं अते मिस्टर अलफेंस्टन दरबार काबल वल ब्रिटिश राज दे सफीर थाप के अगस्त सन 1808 विच तोरे गए। मिस्टर मिटकाफ 11 सितंबर नूं कसूर विच महाराजा साहिब नूं आ मिलिया। अगों शाही तरीके अनुसार उसका योग आदर सन्मान होया पर कई गल्लां लम्मी विचार गोचरियां होण करके छेती ना मुक सकियां। महाराजा साहिब जद सतलुज पार दे इलाके दा दौरा मुका के श्री अमृतसर जी पहुंचे तां अंग्रेजी सफीर भी उन्हां दे कोल इत्थे ही आ गया। थोड़े दिनां बाद देवनेत नाल मुहरम दे दिन आ गए। इस समय मिस्टर मिटकाफ दे नाल एक पलटन ते कुछ सवारां दा दस्ता सी जो सारे शिया मुसलमान सन। इन्हां ने अपने मत अनुसार बड़ी धूमधाम नाल ताजिया कढ़िया। घोड़े दे अगे पिछे हजारा शिया श्री अमृतसर जी दे बाजारां विच बड़ी उच्ची उच्ची आवाज नाल या अली या हुसैन दे नारे लाउंदे होए श्री दरबार साहिब जी दे सामने पहुंचे। इस समय लोडे पहर दा दीवान श्री अकाल तख्त साहिब जी दे हजूर विच सज रहा सी। अकाली फूला सिंह सने कुछ कु अकाली सिंघां दे दीवान नूं सुशोभित कर रहे सन कि इका इक भारी रोले गोले की आवाज उन्हां दे कन्नी पई।
कीर्तन विच विघन पैंदा देख के दूजा खालसा राज विच ही अपने पूजनीक गुरद्वारियां दी हत्तक हुंदी तक के अकाली जी ने दो तीन सिंह उधर नू भेज दते ताकि उन्हां नू समझाउण कि कथा कीर्तन दे हुंदियां रोला पावन नाल गुरबाणी दी बेअदबी हुंदी है, इसलई श्री दरबार साहिब जी दे सामने रोला बंद कीता जावे। पर इस गल दे मन्नण दी थां उल्टा हुसैन दे जोश विच बेहोश होए हुए सिपाहियां ने कुछ करड़े बोल बोले जिन्हां दा सहारना अकालियां दी अजर शक्ति दे विरुद्ध हुंदा है। नतीजा ए होया कि हत्थों पाई तक गल वध गई ते इस रौले गोले विच इक सिंह दी दस्तार हेठां डिग पई। जद इह खबर अकाली फूला सिंह नूं पहुंची तां उस दीआं अखां विच लहू उतर आया ते झट कुछ कु अकाली सिंह नाल लै के मौके पर पहुंच गया। बस फिर की सी, ओह अंधा धुंद तलवार ते गोली चली के देखदे देखदे ही कई लोथां धरती ते विछ गईआं, गली कूचे लहू नाल लालो लाल हो गए। यह भयानक खबर बहुत छेती महाराजा साहिब नूं किला गोबिंदगढ़ पहुंचाई गई। श्री दरबार साहिब जी की बेअदबी ते उत्तों बंद करन पर मुसलमाना दी हत्थी एक सिंह दी दस्तार दा उतारिया जाना सुन के शेरे पंजाब दे दिल नूं अति रंज होया, पर आप नूं कुदरती तौर पर घर आए मेहमाना दी सदा इज्जत मंजूर हुंदी सी। इस दुखदाई मुआमले नूं वधाना राजनीति दे विरुद्ध समझिया ते तुरत घोड़े ते पलाकी मार उड के रण तत्ते विच आ खलोता ते अगे वध के अकाली फूला सिंह नूं समझाया कि इह आप दे प्रौणे हन, इन्हां नाल लड़ना योग नहीं। पर अकाली जी दा जोश जिस तों सारा पंजाब थरथरांदा सी जरा भी ना घटिया। छिकड़ महाराजा साहिब ने इस कोजे रोले नूं बड़ी मुश्किल नाल नजिठिया ते अकाली जथे नूं हुक्म दे के लड़ाई बंद करवाई। इस विच जरा भी संदेह नहीं कि इह झड़प अचनचेत पेश आ गई सी, नहीं तां जे कदे इस तों इक पल भी पहले इस रोले दा सिंघां नूं पता हुंदा तां मुसलमानां दा नुकसान निरसंदेह बहुत ही ज़्यादा हुंदा, क्योंकि सारा शहर ते कुल खालसा दल अकालियां वल्लों सदा मरने मारने लई तैयार रहिंदा सी। फिर महाराजा साहिब ने मिस्टर मिटकाफ नूं वख लिजा के दस्या कि इह अकाली इस नगरी दे राखे हन ते इह लोक किसे दी पाबंदी दी कैद तों सुतंत्र रहिंदे हन। दूजा साडे धर्म विच दस्तार दी बेअदबी केसां दी हद तक समझी जांदी है ते सिख केसां दी हद तक सहार नहीं सकदे। इत्थे इन्हां दी मर्जी दे विरुद्ध चलना कठिन है, क्योंकि इह लोक गुरु दे चमन दी रक्षा लई हर वक्त सीस तली पर रखी फिरदे हन। चूंकि इस मामले विच ना तो मिस्टर मिटकाफ दा कुछ कसूर सी ते ना ही महाराजे नूं कुछ पता सी, इसलई इह गल बड़े प्यार नाल उत्थे ही नजिठी गई। दूजे दिन 25 अप्रैल सन 1809 नूं महाराजा साहिब ते अंग्रेजी वकील दोहां दी मर्जी अनुसार हेठ लिखिया मित्रता दा अहदनामा करके प्रसिद्ध है। अहदनामे दा भाव, चूंकि कुछ समती भेद सरकार अंग्रेजी ते महाराजा रणजीत सिंह बहादुर वालीए लाहौर पंजाब विच पैदा हो गया सी, उस मामले दा हुण खुशी अते रजामंदी नाल फैसला हो गया है ते दोहां धिरां दी इच्छा है कि इन्हां दी मित्रता ते मिलाप दा संबंध बनिया रहे, इस लई हेठ लिखियां शर्तां दा अहदनामा प्रवान कीता जांदा है जिस दी अनुसारता दोहां पातशाहियां दे वारसां ते जानशीनां लई जरूरी होवेगी। इह अहदनामा महाराजा रणजीत सिंह बहादुर फरीक पहले दी अपनी हाजरी विच ते अंग्रेजी गवर्नमेंट वल्लों एजेंट चार्ल्स मिटकाफ दी राही जो फरीक दूजा है लिखित होया। पहला, सरकार अंग्रेजी ते रियासत लाहौर विच सदा लई मित्रता रहेगी। दूजी धिर सरकार अंग्रेजी पहली धिर महाराजा साहिब बहादुर नूं बहुत सन्मान दी नज़र नाल देखेगी अते उनूं वड्डियां पतवंतियां ताकतां विचों समझेगी ते अंग्रेजी गवर्नमेंट नूं महाराजा साहिब बहादुर दे इलाके तों परजा नाल जो दरिया सतलुज दे उत्तर वल है कोई वास्ता नहीं होवेगा। दूजा, महाराजा साहिब बहादुर दे कब्जे विच आया होया इलाका या उस दे समीपी इलाकियां विच जो दरिया सतलुज दे खब्बे पासे हन उस तों वध फौज नहीं रखेगा जो उस दे अंदरले प्रबंध लई जरूरी है अते ना ही गुआंढी रईसां ते उनां दे इलाकियां पर कोई वास्ता रखेगा। तीजा, उपरोक्त शर्तां विचों किसे इक दे तोड़ने जां दोहां ताकतां विचों एक दूजे नाल मित्रता दे वर्तावे विच पूरा ना उतरने दी सूरत विच
यह अहदनामा टुटा समझा जाएगा। चौथा, यह अहदनामा जिस विच दोहां धिरां दीआं शर्तां लिखियां होईआं हन, अमृतसर विच 25 अप्रैल सन 1809 ईस्वी नूं फैसला हो के संपूर्ण होया। मिस्टर चार्ल्स मिटकाफ ने अपनी दस्खती मोहर ला के इसका यह उतारा अंग्रेजी ते फारसी अखरां विच राजा लाहौर नूं दे दिता है अते राजा ने उस दे दूजे उतारे पर अपने दस्खत ते मोहर ला के मिस्टर मिटकाफ नूं दे दिता है। मिस्टर मिटकाफ इकरार करता है कि वह 2 महीनों के अंदर उसकी प्रवानगी राइट ऑनरेबल गवर्नर जनरल इन कौंसल तो मंगा देवेगा अते उसके महाराजा साहेब बहादुर पास पहुंचने के बाद यह अहदनामा पक्का समझा जाएगा ते दोहां धिरां पर इसकी अनुसारता जरूरी होगी। अहदनामे का यह उतारा जो इस समय महाराजा साहेब बहादुर नूं दिता जाता है मोड़ लिया जाएगा। यह अहदनामा 30 मई सन 1809 ईस्वी नूं प्रवान होके आया जो महाराजा नूं दे दिता गया। महाराजा रणजीत सिंह जी अते अंग्रेजां दा पहला अहदनामा। महाराजा रणजीत सिंह जी ते अंग्रेजां दा पहला अहदनामा जो 25 अप्रैल सन 1809 ईस्वी नूं होया, गवर्नर जनरल ने सने कौंसल दे 30 मई सन 1809 ईस्वी नूं प्रवान किया। अगले दिन मिस्टर मिटकाफ जो बड़ी मिलनसार तबीयत दा आदमी सी महाराजा साहिब नाल अकालियां दी छावनी विच आया ते अकाली फूला सिंह नाल बहुत चिर तक गलबात करता रहा जिस विच उसने अकालियां दी निरभैता दी बहुत शलांघा कीती। जांदी वारी कुछ मोहरां अकाली जी दी भेटा करन लगा जिस दे लैणे तो अकाली जी ने इनकार किया। छेकड़ महाराजा साहिब दे कहने पर जत्थे दे लंगर लई कुछ रसद प्रवान कीती गई जिस पर अंग्रेजी वकील बहुत ही खुश होया। दमदमे साहिब वल जाना। सन 1809 ईस्वी दियां सर्दियां दे आरंभ विच ही अकाली फूला सिंह सने कुछ कु अकाली सिंघां दे श्री दमदमे साहिब दे गुरद्वारे दे प्रबंध लई दमदमे साहिब जा रहा। इत्थे पहुंचदिआं कोई 2 कु महीने बीते सन कि सारे इलाके विच इक आम अफवाह मूहों मूँह ही पसर गई कि फिरंगी पंजाब दे नक्शे तैयार कर रहे हन ते थोड़े दिनां विच ही सारे देश पर अपना कब्जा जमा लैणगे। उस समय इस तरह दियां बेबुनियाद अफवाहां बहुत सौखी तरह आम फैलाईयां जांदियां सन जिन्हां दा सट्टा राजा ते प्रजा दोहां लई बहुत बुरा निकलिया करदा सी। इस तों 2 साल पहले जद पटियाले दी हदबंदी लई अंग्रेज़ आया सी तद भी इसे तरह रौला होया जिस करके यह काम बंद करना पिया। इस दे पिछों सन 1839 ईस्वी विच ही डोगरिया ने यह हथ कीता सी जिस करके महाराजा खड़क सिंह नूं जान भेटा करनी पई। इसे तरह महाराजा शेर सिंह ते दलीप सिंह दे समय भी यह कुचाल चलाई गई जिस दा फल सदियां तक नहीं भुलेगा। असल विच महाराजा रणजीत सिंह दी आग्या नाल कप्तान वाइट हदबंदी ठहराण लई कछाई कर रहा सी। लोकां ने इस नूं कुछ दा कुछ समझ के हनेर दियां बदगुमानियां फैला दित्तियां। अकाली जथे नूं जद इह खबरां पहुंचियां तां इन्हां दे देश प्यार दे जोश ने ओह हुलारा खादा कि आपे तों बाहर हो गए। उपरों इलाके दे लोकां ने इन्हां दे इस वहम नूं होर भी पक्का कर दिता। इत्थों ताईं इन्हां नूं दस्सिया गया कि पिंड चौंके दे लागे ही अंग्रेज़ां अपने तंबू डेरे ला ले हन ते चढ़ाई लई रस्ते आदि दी देखभाल कर रहे हन। ਇਹ ਗੱਲ ਦੇ ਸੁਣਦੇ ਹੀ ਅਕਾਲੀ ਫੁੱਲਾ ਸਿੰਘ ਨੇ ਸਣੇ ਆਪਣੇ ਜਥੇ ਦੇ ਮੌਕੇ ਪਰ ਪਹੁੰਚ ਕੇ ਇਸ ਅਫਵਾਹ ਦੀ ਅਸਲੀਅਤ ਕੱਢਣ ਲਈ ਕੂਚ ਕਰ ਦਿੱਤਾ। ਅਕਾਲੀ ਜੀ ਦਾ ਜਥਾ ਜਦ ਇੱਧਰ ਨੂੰ ਤੁਰਿਆ ਤਾਂ ਇਲਾਕੇ ਦੇ ਲੋਕ ਵਹੀਰਾਂ ਕੱਤ ਕੇ ਇਹਨਾਂ ਦੇ ਨਾਲ ਨਾਲ ਹੋ ਤੁਰੇ। ਇਸ ਤਰ੍ਹਾਂ ਇਸ ਜਥੇ ਦੀ ਧੂਮ ਧਾਮ ਦਿਨਾਂ ਵਿੱਚ ਹੀ 1000 ਤੋਂ ਟੱਪ ਨਿਕਲੀ। ਇਹ ਲੋਕ ਅਜੇ ਚੌਂਕੇ ਤੋਂ ਦੂਰ ਹੀ ਸਨ ਕਿ ਕਪਤਾਨ ਵਾਈਟ ਦੇ ਡੇਰੇ ਦੇ ਤੰਬੂ ਆਦਿ ਇਹਨਾਂ ਦੀ ਨਜ਼ਰੀ ਪਏ। ਬਸ ਫਿਰ ਇਹਨਾਂ ਬਿਨਾਂ ਕਿਸੇ ਲੰਮੀ ਪੁੱਛਗਿੱਛ ਦੇ ਕੈਂਪ 'ਤੇ ਹੱਲਾ ਕਰ ਦਿੱਤਾ। ਇਸ ਸਮੇਂ ਕਪਤਾਨ ਵਾਈਟ ਨਾਲ ਲਗਭਗ 100 ਪੈਦਲ ਸਿਪਾਹੀ ਰੱਖ ਲਈ ਸਨ। ਜਦ ਉਹਨਾਂ ਨੇ ਲੋਕਾਂ ਨੂੰ ਕੈਂਪ ਪਰ ਇਸ ਤਰ੍ਹਾਂ ਟੁੱਟਦਾ ਡੱਠਾ ਤਾਂ ਅੱਗੋਂ ਉਹ ਵੀ ਹਥਿਆਰ ਫੜ ਕੇ ਬੜੀ ਵੀਰਤਾ ਨਾਲ ਆਪਣਾ ਬਚਾਓ ਕਰਨ ਲਈ ਤਿਆਰ ਹੋ ਖੁਲੱਤੇ ਅਤੇ ਚੰਗੀ ਤਰ੍ਹਾਂ ਜੰਮ ਕੇ ਹੱਲੇ ਨੂੰ ਰੋਕਿਆ। ਪਰ ਬਹੁਤਿਆਂ ਅਤੇ ਥੋੜਿਆਂ ਦੀ ਕੱਦ ਨਿਭ ਸਕਦੀ ਸੀ। ਛੇਕੜ ਕਪਤਾਨ ਨੂੰ ਸਣੇ ਆਪਣੇ ਦਸਤੇ ਦੇ ਕੈਂਪ ਛੋੜ ਕੇ ਪਿੱਛੇ ਹਟਣਾ ਪਿਆ ਅਤੇ ਇੱਕ ਨਾਲ ਦੇ ਪਿੰਡ ਫਤੋ ਕੇ
इलाका नाडा विच जा पना लई। इन्हां दे पिछे हटदे ही हल्ले वालियां ने कैंप दे तंबू नक्शे पत्तर ते होर रसद आदि सारा समान लुट लिया ते पिंड घेरे विच रख के उत्थे भी इन्हां दा पिछा कीता। ठीक उसे समय जद यह भीड़ भड़का अंग्रेजी कैंप वाल आ रहा सी तां इसकी खबर राजा जसवंत सिंह वालिए नाभा नूं पहुंची। राजा साहिब ने उसी वक्त अपने भतीजे कौर राण सिंह नूं अंग्रेजी दस्ते की राखी लई तोर दिता। यह लोग फतोके पर धावा करन वाले ही सन कि उपरों कौर राण सिंह पहुँच गया ते उसने कप्तान वाइट के आवने का सारा समाचार बाबा फूला सिंह नूं सुनाया ता मसा किते यह पिछे हटे। इस रौले विच कप्तान वाइट दे 6 सिपाही कतल ते 19 फटड़ होए सी। अकाली फुला सिंह इत्थों परत के मुड़ दमदमे साहिब आ गया। सरकार अंग्रेजी नूं जद इस रौले की खबर हुई तां बड़ा यतन किया गया कि इस हल्ले दे आगू नूं किसे तरह सरकार दे हवाले किया जाए, पर अकाली फुला सिंह दे तेज ते उच्च आचरण के सामने किसी नूं हिया नहीं सी पैंदा कि कोई उसनू हाथ पा सके, जिस करके इस विच अंग्रेजा नू सफलता ना हुई। इस दे कुछ दिना बाद इस गुरुद्वारे दे प्रबंध तो वेले हो के काली जी सने अपने जथे दे इलाके नू सोधदे होए श्री अमृतसर जी वल मुड़ पाए। चूंकि दमदमे साहेब अकालियां दा जथा बहुत वध गया सी ते इस नवे दल लई शस्त्र ते घोड़ियां दी लोड़ सी, इस लई रस्ते विच जिथे किते कोई तनाड पिंड आउंदा अकाली उस दे चौधरियां ते पैंचां नू सद मंगवांदे ते जथे दी लोड़ उहनां नू दसदे। जो इस हुक्म नू मन के शस्त्र आदि आ पेश करदा उह तां बचिया रहिंदा, पर जो कोई चदरैत दे घमंड विच आ के इस मंग दे पूरा करने विच ना नुकर करदा तां उस दे पिंड विच जा के अपनी लोड़ अनुसार शस्त्र आप लै के जथे विच वरता दिंदे। एक तां कप्तान वाइट ते हल्ला करन दे कारण ते दूजा इस तरह सरकार दे सरहदी इलाके विच दीन दीवी अपनियां लोड़ां पूरियां करन दीयां खबरां सुन के रेजीडेंट दिल्ली ने महाराजा रणजीत सिंह पर बड़ा जोर पाया कि जिस तरह हो सके अकाली फूला सिंह नूं उसके हवाले किया जाए। पर महाराजा अकाली फूला सिंह दे पंथ विच रसूख ते रोब दा चंगा जाणू सी, जिस करके टालम टोला ही करदा रहा। कुछ दिनों बाद महाराजा साहिब ने अकाली जी नूं खवा भेजिया कि आप नूं जथे लई जिस चीज़ की लोड़ पए वह मेरे तो पूरी कर लिया करो ते इलाके विचों लैणा छड्ड देवो। इस तरह अकाली जी श्री अमृतसर जी आ गए ते जथे दियां लोड़ां महाराजे दी जागीर तो पूरियां करदे रहे। अकाली जी दा आनंदपुर जा रहना अगे नूं महाराजा दे इलाके विच ना रहण दे कारण अकाली फूला सिंह दा जीवन बिरतांत लिखदे होए जे कदे असीं इस अत जरूरी घटना नूं नज़रों ओले कर जाइए जिस नूं भुल नाल अक्सर विदेशी इतिहासकारां ने अकाली जी दी बगावत करके लिखिया है, ਤਾਂ ਪੱਕ ਜਾਣੋ ਜੋ ਅਸੀਂ ਅਕਾਲੀ ਜੀ ਦੇ ਅਤਿਅੰਤ ਵਧੇ ਹੋਏ ਧਾਰਮਿਕ ਜੋਸ਼ ਅਤੇ ਪੰਥਕ ਜੀਵਨ ਦੇ ਦਰਦ ਭਰੇ ਦਿਲ ਦੇ ਅਸਲੀ ਸਮਾਚਾਰ ਪ੍ਰਗਟ ਨਾ ਕਰਨ ਦੇ ਦੋਸ਼ੀ ਹੋਣ ਤੋਂ ਨਹੀਂ ਬਚ ਸਕਾਂਗੇ। ਭਾਵੇਂ ਜਿਸ ਤਰ੍ਹਾਂ ਅਸੀਂ ਭੂਮਿਕਾ ਵਿੱਚ ਦੱਸ ਆਏ ਹਾਂ ਕਿ ਸਾਡੀ ਕੌਮ ਆਪਣੇ ਇਤਿਹਾਸ ਲਿਖਣ ਦੇ ਉੱਚ ਗੁਣਾਂ ਤੋਂ ਅਵੇਸਲੀ ਰਹਿਣ ਦੇ ਕਾਰਨ ਅਨਮਤੀ ਅਤੇ ਵਿਦੇਸ਼ੀ ਇਤਿਹਾਸਕਾਰਾਂ ਨੇ ਅਸਲੀ ਹਾਲਾਤ ਨੂੰ ਚਾਹੇ ਅਣਜਾਣਪੁਣੇ ਦੇ ਕਾਰਨ ਜਾਂ ਭੁਲੇਖੇ ਨਾਲ ਸ਼ੱਕਰ ਨੂੰ ਰੇਤ ਵਿੱਚ ਐਸਾ ਮਿਲਾ ਕੇ ਪੇਸ਼ ਕੀਤਾ ਹੈ ਕਿ ਜਿਸ ਦਾ ਹੁਣ ਨਿਖੇੜਨਾ ਬਹੁਤ ਹੀ ਕਠਿਨ ਮਿਹਨਤ ਦਾ ਕੰਮ ਹੋ ਗਿਆ ਹੈ। ਸੋ ਇਸੇ ਤਰ੍ਹਾਂ ਇਹ ਘਟਨਾ ਵੀ ਬਹੁਤ ਹੀ ਤੋੜ ਮਰੋੜ ਕੇ ਭੈੜੀ ਸ਼ਕਲ ਵਿੱਚ ਦੱਸੀ ਗਈ ਹੈ। ਇਸ ਦੇ ਅਸਲੀ ਸਮਾਚਾਰ ਇਸ ਤਰ੍ਹਾਂ ਹਨ ਜਿਨ੍ਹਾਂ ਕਾਰਨਾਂ ਕਰਕੇ ਅਕਾਲੀ ਜੀ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਸੰਮਤੀ ਭੇਦ ਹੋ ਗਿਆ। ਪਹਿਲਾ, ਮਹਾਰਾਜਾ ਰਣਜੀਤ ਸਿੰਘ ਦਾ ਡੋਗਰਿਆਂ ਨੂੰ ਜ਼ਿੰਮੇਵਾਰੀਆਂ ਦੇ ਅਹੁਦੇ ਦੇਣਾ। ਦੂਜਾ, ਮਿਸ਼ਰ ਗੰਗਾ ਰਾਮ ਦੀਆਂ ਮਨ ਭਾਵ ਦੀਆਂ ਕਾਰਵਾਈਆਂ। ਤੀਜਾ, ਇਸੇ ਮਿਸ਼ਰ ਦਾ ਆਪਣੇ ਸਾਕਾਂ ਸੰਬੰਧੀਆਂ ਨੂੰ ਦਰਬਾਰ ਵਿੱਚ ਭਰਤੀ ਕਰਦੇ ਜਾਣਾ। ਚੌਥਾ, ਇਹਨਾਂ ਲੋਕਾਂ ਦਾ ਸ਼ਹਿਜ਼ਾਦਾ ਖੜਗ ਸਿੰਘ ਅਤੇ ਮਹਾਰਾਜਾ ਸਾਹਿਬ ਵਿੱਚ ਫੁੱਟ ਪਾਉਣ ਲਈ ਯਤਨ ਕਰਦੇ ਰਹਿਣਾ। ਪੰਜਵਾਂ, ਕੌਰ ਸ਼ੇਰ ਸਿੰਘ ਤੋਂ ਮਹਾਰਾਜੇ ਦਾ ਦਿਲ ਬਦਜ਼ਨ ਕਰਦੇ ਰਹਿਣਾ। ਇਹਨਾਂ ਉੱਪਰ ਦੱਸੀਆਂ ਗੱਲਾਂ ਨੂੰ ਵਿਚਾਰਨ ਪਰ ਅਕਾਲੀ ਜੀ ਨੇ ਇਸ ਤਰ੍ਹਾਂ ਖਾਲਸਾ ਰਾਜ ਦੀ ਬ੍ਰਿਧੀ ਦੇ ਰਾਹ ਵਿੱਚ ਰੁਕਾਵਟ ਡਿੱਠੀ। ਇਸ ਖਤਰੇ ਨੂੰ ਅਨੁਭਵ ਕਰਕੇ ਆਪ ਸਿੱਧੇ ਲਾਹੌਰ ਪਹੁੰਚੇ।
इधर जद डोगरिया नू अकाली जी दे महाराजे नू मिलन लई लाहौर आने की खबर मिली तो ऐसिया चालां चलिया कि कई दिनों तक अकाली जी महाराजा साहिब नू ना मिल सके। छेकड़ एक दिन बदोबदी ढा के किले विच जा वड़े ते महाराजा जी नू फतेह गजाई। महाराजा जी अगों बड़े सत्कार ते प्यार नाल मिले ते जद लंगर लई गफ्फा अगे रखिया तां अकाली जी ने स्वीकार करने विच इह कह के संकोच कीता कि सिंह साहिब जी आप खालसा राज विच अनमतियां नू अहुदे दे के नीति दे विरुद्ध काम कर रहे हो, सो इह तरीका राज लई हानिकारक है। श्री कलगीधर जी ने आप नू अपने प्यारे पंथ का माली थापिया है, जेकर आप अपने इस तरीके नू नहीं बदलोगे तो लो साड़ी इह छेकड़ली फतेह है, आप जाणो ते आप दा काम। महाराजा साहिब ने इस सारी गलबात नू बड़े ठंडे मन नाल सुनिया, पर यह गल बड़े शौक नाल लिखनी पैंदी है कि इस नू वरतों विच लियाउण लई अकाली जी नू महाराजा कुछ ढिला जिहा दसिया। भावें समझा के तो बहुत कुछ अकाली जी का घर पूरा करना चाहिया, पर बाबा जी की इस नाल तसली ना हुई। अकाली फूला सिंह ने उस वेले बिना अन्न पानी पान करन दे लाहौर तो कूच कर दिता ते दूजे दिन श्री अमृतसर जी पहुँच गए ते इत्थों उस दिन 11 भादरो संमत 1871 बिक्रमी नू श्री आनंदपुर वल जाण दी तैयारी कर दित्ती। अकाली फूला सिंह जद सने अकाली दल दे आनंदपुर वल वध्या तां अंग्रेजी वकील जो उदों लुधियाणे सी बड़ा घबराया, जो उसका केवल वहम ही सी ते इस बारे ब्रिटिश एजेंट दिल्ली नू कई रिपोर्टां भेजियां, पर अकाली जी बिना रोक टोक सीधे आनंदपुर पहुँच गए। सो अज असी यह किताब पन्ना नंबर 36 तक पढ़ी है। इजाजत दिओ। वाहिगुरु जी का खालसा, वाहिगुरु जी की फतेह।